ਸਤਿ ਸ਼੍ਰੀ ਅਕਾਲ ਜਸ ਪੰਜਾਬੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਕੁਲਵਿੰਦਰ ਸਿੰਘ ਤੇ 2 ਦਾ ਪੁਆਇੰਟ ਦੇ ਵਿੱਚ ਅੱਜ ਸਿੱਧਾ ਸਵਾਲ ਕਿਸਾਨਾਂ ਦਾ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ ਤੇ ਇਸ ਅੰਦੋਲਨ ਦੇ ਵਿਚਾਲੇ ਕੇਂਦਰ ਸਰਕਾਰ ਦੇ ਵੱਲੋਂ ਵੀ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਸ ਮਸਲੇ ਦਾ ਹੱਲ ਕੱਢਿਆ ਜਾਵੇ ਪਰ ਕਿਸਾਨ ਜਥੇਬੰਦੀਆਂ ਨੇ ਬੀਤੇ ਦਿਨਾਂ ਚ ਸਾਫ਼ ਕਰ ਦਿੱਤਾ ਹੈ ਕਿ ਖੇਤੀ ਕਾਨੂੰਨ ਜਿਹੜੇ ਨੇ ਰੱਦ ਹੋਣੇ ਚਾਹੀਦੇ ਨੇ ਤੇ ਉਸ ਤੋਂ ਬਾਅਦ ਹੀ ਇਹ ਅੰਦੋਲਨ ਜਿਹੜਾ ਹੈ ਉਹ ਵਾਪਸ ਹੋਵੇਗਾ ਨਹੀਂ ਉਹ ਇਸੇ ਤਰੀਕੇ ਦੇ ਨਾਲ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠੇ ਰਹਿਣਗੇ ਇਸ ਹਿਸਾਬ ਦੇ ਵਿਚਾਲੇ ਸਵਾਲ ਇਹੀ ਪੈਦਾ ਹੋ ਰਿਹਾ ਹੈ ਕਿ ਆਖਿਰ ਇਸ ਸਾਰੇ ਮਸਲੇ ਦਾ ਹੱਲ ਜਿਹੜਾ ਹੈ ਉਹ ਕਿਵੇਂ ਨਿਕਲੇਗਾ ਕੀ ਕੇਂਦਰ ਸਰਕਾਰ ਜੋ ਦਾਵਾ ਕਰ ਰਹੀ ਹੈ ਕਿ ਉਸਨੇ ਕਿਸਾਨਾਂ ਦੀਆਂ तमाम ਜੋ ਮੰਗਾਂ ਨੇ ਉਹਨਾਂ ਦੇ ਹਿਸਾਬ ਨਾਲ ਸੌਦਾ ਕਰਨ ਦੇ ਲਈ ਉਹ ਤਿਆਰ ਹੋ ਚੁੱਕੀ ਹੈ ਪਰ ਕਿਸਾਨ ਜਿਹੜੇ ਨੇ ਉਹ ਅੜ ਚੁੱਕੇ ਨੇ ਪਰ ਇਸ ਪੂਰੇ ਵਿਵਾਦ ਦੇ ਵਿਚਾਲੇ ਗੱਲ ਇਹੀ ਜਿਹੜੀ ਹੈ ਇਹੀ ਉੱਠ ਰਹੀ ਹੈ ਕਿ ਇਸ ਦਾ ਹੱਲ ਜਿਹੜਾ ਹੈ ਉਹ ਕਿਸ ਤਰੀਕੇ ਨਾਲ ਨਿਕਲੇਗਾ ਟੂ ਦਾ ਪੁਆਇੰਟ ਅੱਜ ਗੱਲ ਕਰਾ ਕੇ ਸਾਡੇ ਨਾਲ ਕੁਝ ਖਾਸ ਮਹਿਮਾਨ ਮੌਜੂਦ ਨੇ ਕਾਂਗਰਸ ਦੇ ਐਮਪੀ ਨੇ ਜਸਵੀਰ ਸਿੰਘ ਡਿੰਪਾ ਜੀ ਨੇ ਗੁਰਜੀਤ ਸਿੰਘ ਔਜਲਰੀ ਸਾਡੇ ਨਾਲ ਮੌਜੂਦ ਨੇ ਤੇ ਕੁਲਬੀਰ ਜੀਰਾ ਜੀ ਵੀ ਨੇ ਵਿਧਾਇਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਡਿੰਪਾ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਵਾਲ ਕਰਨਾ ਚਾਹਾਂਗਾ ਕਿ ਕਿਸਾਨ ਡਟੇ ਹੋਏ ਨੇ ਹਲੇ ਵੀ ਤੇ ਸਾਫ਼ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਮੀਟਿੰਗਾਂ ਵੀ ਕਰ ਰਹੀਆਂ ਨੇ ਕੇਂਦਰ ਸਰਕਾਰੇ ਦਾਵਾ ਕਰ ਰਹੀ ਹੈ ਕਿ ਜੋ ਜੋ ਸਾਨੂੰ ਲਿਖ ਕੇ ਦਿੱਤਾ ਗਿਆ ਅਸੀਂ ਉਹ ਸੁਧਾਰ ਕਰਨ ਦੇ ਲਈ ਤਿਆਰ ਆ ਪਰ ਹੁਣ ਕਿਸਾਨ ਅੜੇ ਹੋਏ ਨੇ ਕਿਸਾਨਾਂ ਨੂੰ ਸਾਡੀ ਗੱਲ ਮੰਨਣੀ ਚਾਹੀਦੀ ਹੈ ਕੀ ਕੁਝ ਸਥਿਤੀ ਇਸ ਵੇਲੇ ਤੁਸੀਂ ਵੇਖ ਰਹੇ ਹੋ ਇਸ ਅੰਦੋਲਨ ਇਹ ਤਾਂ ਬੜੀ ਸਿੱਧੀ ਜੀ ਗੱਲ ਆ ਜੀ ਕਿਸੇ ਚਾਹਵਾੜੇ ਕੋ ਚਾਹ ਦਾ ਕਾਫਾ ਖਰੀਦ ਦਿਓ ਮੱਖੀ ਪੈ ਕੇ ਪਾ ਕੇ ਤਾਂ ਦੋ ਚਾਹ ਦੇ ਦਿੰਦਾ ਤੁਸੀਂ ਉਹ ਚਾਹ ਦਾ ਕਾਫਾ ਤੋਂ ਵਾਪਸ ਕਰੋਗੇ ਕਿ ਮੱਖੀ ਕੱਢ ਕੇ ਪੀਜੋ ਜਦੋਂ ਬਿੱਲਾਂ ਚ ਜਿਹੜੇ ਬਿੱਲ ਹੈ ਹੀ ਅਗੇਂਸਟ ਆ ਉਹ ਚ ਸੌਦ ਕੀ ਕਰਦੀਆਂ ਉਹਨਾਂ ਨੂੰ ਰੱਦ ਕਰੋ ਨਵੇਂ ਸਿਰੇੋਂ ਕਿਸਾਨ ਜਥੇਬੰਦੀ ਨਾਲ ਵਾਹ ਕੇ ਉਹਨਾਂ ਦੀ ਸਲਾਹ ਦੇ ਨਾਲ ਬਿੱਲ ਬਣਾ ਲਓ ਜੇ ਬਹੁਤਾ ਤੁਸੀਂ ਦੁਬਾਰਾ ਬਣਾਉਣੇ ਹੀ ਆ ਅੱਬ ਤਾਂ ਜਿਹੜਾ ਪੈਦਾ ਸਿਸਟਮ ਕਿੱਡਾ ਸੋਹਣਾ ਚੱਲ ਰਿਹਾ ਕਿਸੇ ਨੂੰ ਕੋਈ ਉਹਦੇ ਵਿੱਚ ਅਤਰਾਜ ਨਹੀਂ ਸਿਰਫ ਜੇ ਹਡਾ ਦੀ ਬੰਦੀ ਨੂੰ ਤਰਾਜ ਜਾ ਤੇ ਫਿਰ ਉਹਦਾ ਦੇ ਤਰਾਜ ਦੇ ਉੱਤੇ ਸਾਰੇ ਕਿਸਾਨ ਸੁਢੀ ਦੇ ਟੱਗਣੇ ਇਹ ਤੇ ਨਿਆਏ ਨਹੀਂ ਹੈ ਤੇ ਉਹਨਾਂ ਦਾ ਕਿ ਕੇਂਦਰ ਸਰਕਾਰ ਨੇ ਇਹ ਗੱਲ ਆਪਣੀ ਹੌਮੇ ਤੇ ਲੈ ਲਈ ਹੈ ਇਸ ਵੇਲੇ ਬਿਲਕੁਲ ਹੌਮੇ ਤੇ ਉਹਨਾਂ ਦੇ ਹੌਮੇ ਨੂੰ ਉਹਨਾਂ ਦੀ ਈਗੋ ਨੂੰ ਉਹਨਾਂ ਦੇ ਹੰਕਾਰ ਨੂੰ ਠੇਸ ਪਾਉਣੀ ਪਈ ਜੇ ਬਿੱਲ ਵਾਪਸ ਲੈਣ ਪਰ ਮੈਂ ਸਮਝਦਾ ਵਾਂ ਕਿ ਜਿਹੜੀ ਲੋਕ ਮਤ ਲੋਕ ਰੋ ਲੋਕ ਘੋਲ ਦੇ ਉਨ੍ਹਾਂ ਦੇ ਅੱਗੇ ਹੋ ਮੈਨੀ ਟਿਕ ਸਕਦੀ ਈਗੋ ਦੀ ਟਿਕ ਸਕਦੀ ਇਹ ਕੰਨ ਸਿੱਧਾ ਫੜ ਲੈਣ ਪੁੱਠਾ ਫੜ ਲੈਣ ਕਿਸਾਨਾਂ ਦੇ ਰੋ ਅੱਗੇ ਸਰਕਾਰ ਤੋਂ ਝੁਕਣਾ ਹੀ ਪੈਣਾ ਅਜਲਾ ਸਾਹਿਬ ਤੁਸੀਂ ਕੀ ਕਹੋਗੇ ਤੁਸੀਂ ਦੱਸੋ ਕਿ ਜੋ ਇਸ ਵੇਲੇ ਸਥਿਤੀ ਹੈ ਸਰਕਾਰ ਇਹ ਕਹਿ ਰਹੀ ਹੈ ਕਿ ਸਾਡੇ ਨਾਲ ਮੀਟਿੰਗਾਂ ਜੋ ਹੋਈਆਂ ਉਹਦੇ ਵਿੱਚ ਜੋ ਗੱਲਬਾਤ ਰੱਖੀ ਗਈ ਅਸੀਂ ਉਹ ਗੱਲ ਸੁਣ ਰਹੀ ਹਾਂ ਇਸ ਲਈ ਕਿਸਾਨ ਆਗੂਆਂ ਨੂੰ ਹੁਣ ਇਸ ਜੋ ਸਹਿਮਤੀ ਹੋਈ ਹੈ ਉਸ ਚੀਜ਼ ਤੇ ਅੱਗੇ ਆਉਣਾ ਚਾਹੀਦਾ ਹੈ ਤੇ ਇਸ ਅੰਦੋਲਨ ਨੂੰ ਖਤਮ ਕਰਨਾ ਚਾਹੀਦਾ ਹੈ ਸਭ ਤੋਂ ਪਹਿਲਾਂ ਜੋ ਮੌਜੂਦਾ ਸਥਿਤੀ ਬਣੀ ਹੋਈ ਹੈ ਉਹਨੂੰ ਤੁਸੀਂ ਕਿਸ ਤਰੀਕੇ ਦੇ ਵੇਖਦੇ ਹੋ ਕੋ ਪੀ ਦੀ ਗੱਲ ਤੇ ਸਹਿਮਤੀ ਹੁੰਦੀ ਨਹੀਂ ਸਹਿਮਤੀ ਹੋਰੀ ਹੁੰਦੀ ਤੇ ਫਿਰ ਤੇ ਕੰਮ ਖਤਮ ਹੋ ਜਾਂਦਾ ਇਹੀ ਗੱਲ ਹੈ ਨਾ ਕਿ ਜੇ ਸਹਿਮਤੀ ਜੋ ਡਾਇਲੋਗ ਤੁਸੀਂ ਕਰਦੇ ਜੀ ਦੋਹਾਂ ਤਰ੍ਹਾਂ ਦੇ ਡਾਇਲੋਗ ਹੁੰਦਾ ਇੱਕ ਬੱਚਾ ਦੇ ਮਾਪੇ ਉਹਨਾਂ ਰੋ ਸਕਦਾ ਤੇ ਮਾਪੇ ਵੀ ਕਦੇ ਬੱਚੇ ਨਾਲ ਰੁੱਸਿਆ ਉਹ ਤੇ ਸੌ ਗੱਲਾਂ ਕਰ ਸਕਦਾ ਕਿਦੀ ਮਾਪੇ ਉਹ ਨਹੀਂ ਵੀ ਗੱਲਾਂ ਕਰਦੀਆਂ ਕਰਦੇ ਮਤਲਬ ਚੰਗਾ ਲੱਗਦਾ ਇਹ ਸਾਡੇ ਖਾਸ ਕਰ ਇੰਡੀਅਨ ਸਮਾਜ ਦੇ ਇੰਡੀਅਨ ਸੋਸਾਇਟੀ ਦੇ ਵਿੱਚ ਤੇ ਬਹੁਤ ਵੱਡਾ ਰੁਤਬਾ ਹੁੰਦਾ ਮਾਪੇ ਦਾ ਸੋ ਇਹ ਇਹ ਕਿਤੇ ਨਾ ਕਿਤੇ ਜਦੋਂ ਗੱਲਬਾਤ ਚੱਲਦੀ ਆ ਨਾਲ ਹੀ ਪੂੰਜੀਪਤੀਆਂ ਦਾ ਦਬਾਵਾ ਜਾਂਦਾ ਉਹ ਇਹਨਾਂ ਨੂੰ ਕਿਤੇ ਨਾ ਕਿਤੇ ਫੇਰ ਦਬਾਚ ਆ ਕੇ ਅਗਲੇ ਦਿਨ ਪ੍ਰੈਸ ਕਾਨਫਰੰਸਾਂ ਕਰਦੇ ਨੇ ਮੰਨਦੇ ਨਹੀਂ ਹਰ ਬੰਦੇ ਨੇ ਮੰਨ ਲਿਆ ਕਿ ਇਹ ਗਲਤੀ ਕੀਤੀ ਅਮਿਤ ਸ਼ਾਹ ਜੀ ਦਾ ਬਿਆਨ ਆ ਕੇ ਵੀ ਸਾਡੀ ਗਲਤੀ ਹੋਈ ਤਾਂ ਉਮਰ ਜੀ ਨੇ ਕਹਿਤਾ ਵੀ ਗਲਤੀ ਹੈ ਜੇ ਤੁਸੀਂ ਗਲਤੀ ਮੰਨ ਲਈ ਤੇ ਫਿਰ ਹਟਦੇ ਕਿਹੜੀ ਗੱਲੋਂ ਜੀ ਫਿਰ ਵਾਪਸ ਕਰ ਲਓ ਕਿਉਂਕਿ ਕਿਸਾਨ ਬਿੱਲਾਂ ਦਾ ਜਿਹੜਾ ਬੇਸ ਆ ਉਹ ਤੇ ਉਹੋ ਹੀ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਮੰਨਿਆ ਵੀ ਗਲਤ ਹੋਈਆਂ ਨੇ ਤੇ ਕਿਸਾਨ ਬਿੱਲ ਤੇ ਫਿਰ ਰਹੀ ਨਾ ਕਿਸਾਨ ਬਿੱਲ ਉਤਨੇ ਜਿਹੜਾ ਨਾਂ ਲਿਖਿਆ ਕੀ ਉਹ ਨਾਂ ਹੀ ਰਹੇ ਨਾ ਆਪਾਂ ਤੇ ਨਾਮ ਹੀ ਵਾਪਸ ਲਾ ਲਓ ਆਪਾਂ ਜਿੱਦ ਕਿਸ ਗੱਲ ਦੀ ਕਰਦੇ ਆ ਤੁਸੀਂ ਜਿਹੜਾ ਬਿੱਲ ਜਿਹੜੇ ਤੁਸੀਂ ਲੈ ਕੇ ਆਏ ਜੇ ਜਦੋਂ ਉਹਦਾ ਬੇਸ ਹੀ ਜਿਹੜਾ ਸੀ ਉਹ ਗਲਤ ਨਿਕਲਾ ਆ ਤੁਹਾਡੇ ਐਕਸਪਰਟ ਨੇ ਮੰਨ ਲਿਆ ਸਾਰਿਆਂ ਨੇ ਮੰਨ ਲਿਆ ਤੇ ਫਿਰ ਉਹਨੂੰ ਰਹਿ ਗਈ ਗਿਆ ਮਗਰ ਹੁਣ ਜਿਹਦੀ ਰਹਿ ਗਈ ਨਾ ਜਾ ਦਬਾਇਆ ਪੋਲੀਟੀਕਲੀ ਦਰੋ ਸੌਰੀ ਇਹ ਜਿਹੜੇ ਆਪਣੇ ਪੁੰਜੀਪਤੀ ਨੇ ਇਹ ਤੇ ਬੜੀ ਕਲੀਅਰ ਜੀ ਗੱਲ ਆ ਐਚ ਤੇ ਕੋ ਦੌਰ ਹੈ ਹੀ ਨਹੀਂ ਵੀ ਤੁਸੀਂ ਮੰਨਦੇ ਵੀ ਜਦੋਂ ਪਿਛਾ ਵਾਰ ਵਾਰ ਆ ਰਹੀ ਆ ਮੈਂ ਸਿੱਧਾ ਦਾ ਸਵਾਲ ਤੁਹਾਨੂੰ ਕਰੂੰਗਾ ਬੀਜੇਪੀ ਦੇ ਵੱਲੋਂ ਵੀ ਸਾਫ਼ ਤੌਰ ਤੇ ਕਈ ਪ੍ਰੈਸ ਕਾਨਫਰੰਸਾਂਾਂ ਦੇ ਲੀਡਰਾਂ ਨੇ ਕੀਤੀਆਂ ਨੇ ਉਹ ਕਹਿੰਦੇ ਨੇ ਕਿ ਜੇ 2019 ਦਾ ਮੈਨੀਫੈਸਟੋ ਦੇਖੋ ਕਾਂਗਰਸ ਦਾ ਉਹਦੇ ਵਿੱਚ ਏਪੀਐਮਸੀ ਦਾ ਉਸੇ ਤਰੀਕੇ ਜੋ ਸੁਧਾਰਾਂ ਦੀ ਜ਼ਿਕਰ ਅਸੀਂ ਕਰਦੇ ਆਂ ਕਾਂਗਰਸ ਵੀ ਉਹਨਾਂ ਸੁਧਾਰਾਂ ਦਾ ਹੀ ਜ਼ਿਕਰ ਕਰਦੀ ਹੈ ਤੇ ਇਹਦੇ ਵਿੱਚ ਕਾਂਗਰਸ ਜਿਹੜੀ ਹੈ ਇਸ ਵੇਲੇ 도ਗਲੀ ਖੇਡ ਖੇਡ ਰਹੀ ਹੈ ਭਾਈ ਕੈਂਚੀ ਹੁੰਦੀ ਹੈ ਨਾ ਜੇ ਉਹ ਕੈਂਚੀ ਦੇ ਹੋਵੇ ਚੰਗੇ ਦਰਜੀ ਦੇ ਹੱਥ ਸੂਟ ਬਣ ਜਾਂਦਾ ਵਧੀਆ ਤੇ ਜੇ ਆਜੇ ਮੂਰਖ ਦੇ ਹੱਥ ਤੋਹਾਲ ਕੀ ਕਰਦਾ ਕੱਪੜੇ ਦਾ ਤੈਨੂੰ ਪਤਾ ਹੀ ਹੁਣ ਕੋ ਕੋ ਯਾਰ ਕੈਂਚੀ ਤੇ ਮੈਂ ਵੀ ਖਰੀਦੀ ਵੇਚੀ ਕੀ ਮਸਲਾ ਹੈ ਉਹ ਕੈਂਚੀ ਤੇ ਮੈਂ ਵੀ ਉਸੇ ਦੁਕਾਨ ਤੋਂ ਖਰੀਦੀ ਹੈ ਮਸਲਾ ਦੀ ਕੈਂਚੀ ਚਲਾਉਣ ਦਾ ਵੀ ਕਿੰਨੇ ਕੈਂਚੀ ਚਲਾਉਣੀ ਹੈ ਸੋ ਜੇ ਕੋਈ ਸੁਧਾਰ ਕਰਨਾ ਹੈ ਉਹਨਾਂ ਸੁਧਾਰ ਦੀ ਗੱਲ ਕੀਤੀ ਹੈ ਸੁਧਾਰੇ ਵੀ ਰਿਫਾਰਮ ਕਰਦੇ ਅੱਜ ਵੀ ਕਰ ਲੈਣ ਜਥੇਬੰਦੀਆਂ ਬੈਠਿਆ ਰਿਫਾਰਮ ਦੀ ਜ਼ਰੂਰਤ ਹੈਗੀ ਆ ਪਰ ਉਹ ਸਲਾਹ ਨਾ ਕਰਨ ਜਿਹੜੇ ਕਿਸਾਨ ਦੇ ਪੱਖ 'ਚ ਆ ਉਹ ਰਿਫਾਰਮ ਦੀ ਆੜ ਦੇ ਵਿੱਚ ਤੁਸੀਂ ਅੱਜ ਜੇ ਗਲਤ ਨਹੀਂ ਕੀਤਾ ਤੁਸੀਂ ਤੁਸੀਂ ਕੈਂਚੀ ਗਲਤ ਨਹੀਂ ਫੇਰੀ ਤੇ ਗਲਤੀਆਂ ਕੋਈ ਮੰਨੀਆਂ ਹੁਣ ਤੁਸੀਂ ਉਹਨੂੰ ਸਾਡੇ ਨਾਲ ਨਾ ਜੋੜੋ ਅਸੀਂ ਜੇ ਕਿਹਾ ਵਾ ਅਸੀਂ ਤੇ ਏਪੀਐਮਸੀ ਦੇ ਮੰਡੀਆਂ ਵਧਾਉਣ ਦੀ ਗੱਲ ਕੀਤੀ ਰਿਫਾਰਮ ਦੀ ਗੱਲ ਕੀਤੀ ਰਿਫਾਰਮ ਕਿਸ ਸ਼ਗਲ ਚ ਹੋਣੇ ਆ ਇਹ ਥੋੜਾ ਕਿ ਤੁਸੀਂ ਮਤਲਬ ਉਡਾਈ ਦਿਓ ਮੰਡੀਆਂ ਵੀ ਉਡਾ ਦਿਓ ਐਗਰੀਮੈਂਟ ਕਰਕੇ ਇਹੋ ਜਿਹਾ ਐਗਰੀਮੈਂਟ ਕਰ ਦਿਓ ਵੀ ਜਿਹੜੇ ਵੇਖੋ ਇੱਕ ਇੱਕ ਦੋ ਕਿੱਲੇ ਵਾਲਾ ਬੰਦਾ ਇੱਕ ਅਰਬਾ ਰੁਪਈਆ ਵਾਲੀ ਕੰਪਨੀ ਨਾਲ ਲੜ ਸਕਦਾ ਉਹਦੀਆਂ ਲਾਅ ਫਰਮਾਂ ਹੁੰਦੀਆਂ ਨੇ ਸਾਡੇ ਬੈਂਕ ਫੇਲ ਹੋ ਗਏ ਬੈਂਕਾਂ ਦਾ ਐਡਾ ਵੱਡਾ ਨੈਟਵਰਕ ਹੁੰਦਾ ਲਾਅ ਦਾ ਉਹਨਾਂ ਦੇ ਵਕੀਲ ਹੁੰਦੇ ਜਿਹੜੇ ਵੱਡੇ ਔਰ ਕਈ ਵਕੀਲ ਉਹਨਾਂ ਰੱਖੇ ਆ ਜਿਹੜੇ ਐਗਰੀਮੈਂਟ ਤਿਆਰ ਕਰਦੇ ਆ ਆ ਵੱਡੀਆਂ ਜਿਹੜੇ ਜਿਹੜੇ ਗੁਜਰਾਤੀ ਜਿੰਨੇ ਉਹ ਸਾਰੇ ਉਹ ਬੈਂਕਾਂ ਦਾ ਕਰਜ਼ਾ ਮਾਰ ਕੇ ਭੱਜ ਗਏ ਉਹਨਾਂ ਨੂੰ ਐਗਰੀਮੈਂਟ ਕਾਦੀ ਨਹੀਂ ਸਕਦੇ ਤੇ ਜੱਟ ਦਾ ਐਗਰੀਮੈਂਟ ਕੀ ਕਰੂਗਾ ਜੀ ਉੱਥੇ ਸੋ ਇਹਨਾਂ ਨੂੰ ਇਹਨਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਜੇ ਤੁਸੀਂ ਸੁਧਾਰ ਕਰਦੇ ਤਾਂ ਉਹ ਕਿਸਾਨਾਂ ਦੇ ਪੱਖੀ ਹੁੰਦੇ ਇਸ ਤਰੀਕੇ ਦੇ ਨਾ ਹੁੰਦੇ ਇੱਕ ਮੈਂ ਇੱਕ ਹੋਰ ਸਵਾਲ ਕਰੂੰਗਾ 2017 ਚ ਤੁਹਾਡੀ ਹੀ ਸਰਕਾਰ ਜਦੋਂ ਆਈ ਹੈ ਤਾਂ APMC ਦਾ ਐਕਟ ਤੁਸੀਂ ਵੀ ਇੱਕ ਸੋਧ ਕਰਕੇ ਪਾਸ ਕੀਤਾ ਹੈ ਪ੍ਰਾਈਵੇਟ ਮੰਡੀਆਂ ਪੰਜਾਬ 'ਚ ਸ਼ੁਰੂ ਹੋ ਚੁੱਕੀਆਂ ਨੇ ਉਹ ਉਹਨੂੰ ਲੈ ਕੇ ਉਹ ਉਹਨੂੰ ਲੈ ਕੇ ਮੈਂ ਸਵਾਲ ਕਰਨਾ ਚਾਹੂੰਗਾ ਕਿ ਤੁਹਾਡੀ ਸਰਕਾਰ ਦੇ ਵਿੱਚ ਐਕਟ ਪਾਸ ਹੋਇਆ ਹੈ ਉਹਦੇ ਬਾਰੇ ਤੁਹਾਡੀ ਕੀ ਸਪਾਈ ਹੈ ਕਿ ਤੁਸੀਂ ਇੱਕ ਪਾਸੇ ਪ੍ਰਾਈਵੇਟ ਮੰਡੀਆਂ ਜਦੋਂ ਸੈਂਟਰ ਸਰਕਾਰ ਬਿੱਲ ਪਾਸ ਕਰਦੀ ਹੈ ਤੁਸੀਂ ਵਿਰੋਧ ਕਰਦੇ ਹੋ ਪਰ ਖੁਦ ਤੁਸੀਂ ਪਾਸ ਕਰਦੇ ਤੁਹਾਨੂੰ ਦਾ ਜਿਹੜਾ ਸਾਡਾ ਚੋਣ ਮੈਨੀਫੈਸਟੋ 2000 ਦਾ ਉਹ ਭੇਜ ਦਿੰਦਾ ਉਹ ਭਾਜਪੀ ਆੜਿਆਂ ਨੂੰ ਪੜਾ ਦਿਓ ਉਹਦੇ ਵਿੱਚ ਕੀ ਸੀ ਵੀ ਅਸੀਂ ਇੱਕ ਪ੍ਰਪੋਜ਼ ਕੀਤਾ ਸੀ ਵੀ ਅਸੀਂ ਮੰਡੀਆਂ ਹੋਰ ਬਤਾਵਾਂਗੇ ਜਿਹੜਾ ਕਿਸਾਨ ਨੂੰ ਅੱਜ 10 ਕਿਲੋਮੀਟਰ ਤੇ ਆਪਣੀ ਫਸਲ ਲੈ ਕੇ ਜਾਣੀ ਪੈਂਦੀ ਉਹਨੂੰ 5 ਕਿਲੋਮੀਟਰ ਦੇ ਉੱਤੇ ਉਹਨੂੰ 2 ਕਿਲੋਮੀਟਰ ਦੇ ਉੱਤੇ ਮੰਡੀ ਮਿਲ ਜੇ ਪੰਜਾਬ ਦਾ ਟੋਟਲ ਜਿਹੜੀ ਇੰਡੀਆ ਚ 8000 APMC ਦੇ ਤੀਦ ਵੰਡੀ ਆ ਜੱਚੋ 2000 ਕੱਲੀ ਪੰਜਾਬ ਚ ਉਹਨੂੰ ਮਜ਼ਬੂਤ ਕਰਨ ਵਾਸਤੇ ਸੀਗਾ ਉਹ ਅੱਜ ਵੀ ਅਸੀਂ ਕਹਿੰਦੇ ਅਸੀਂ ਇਹ ਤਾਂ ਨਹੀਂ ਕਿਹਾ ਮੰਡੀਕਰਨ ਖਤਮ ਕਰ ਦਿਓ ਐਮਐਸਪੀ ਖਤਮ ਕਰ ਦਿਓ ਨੇ ਇਹ ਤਾਂ ਫਿਰ ਭਾਜੀ ਵੀ ਇਹੀ ਕਹਿ ਰਹੀ ਹੈ ਨਾ ਕਿ ਅਸੀਂ ਤਾਂ ਨਹੀਂ ਚਾਹੁੰਦੇ ਕਿ APMC ਖਤਮ ਹੋ ਗਏ ਉਹ ਕਹਿੰਦੇ ਨੇ ਕਿ ਅਸੀਂ ਘੇਰਾ ਵੱਡਾ ਕਰਨਾ ਚਾਹੁੰਦੇ ਆ ਤਾਂ ਜੋ ਪ੍ਰਾਈਵੇਟ ਬੰਦਾ ਵੀ ਮੇਰਾ ਅਕੌਲਾ ਸਾਹਿਬ ਸਿੱਧਾ ਜਿਹਾ ਸਵਾਲ ਹੈ ਜੇ ਪੰਜਾਬ ਦੇ ਵਿੱਚ ਉਹ ਐਕਟ ਪਾਸ ਹੋ ਕੇ ਮੰਡੀ ਪੰਜਾਬ ਚ ਪ੍ਰਾਈਵੇਟ ਬਣੀ ਹੈ ਤਾਂ ਕੀ ਉੱਥੇ ਕੋਈ ਵੱਡਾ ਕਾਰੋਬਾਰੀ ਆ ਕੇ ਬਾਹਰੋਂ ਮੰਡੀ ਚ ਖਰੀਦ ਕਰ ਨਹੀਂ ਸਕਦਾ ਤੁਸੀਂ ਰੋਕ ਸਕਦੇ ਹੋ ਕੋਈ अंबानी ਜਾਂ ਅਡਾਨੀ ਆਉਂਦਾ ਹੈ ਤਾਂ ਕੀ ਤੁਸੀਂ ਰੋਕ ਦੋਗੇ ਤੁਹਾਡਾ ਹੀ ਐਕਟ ਕਹਿੰਦਾ ਹੈ ਉਹਨਾਂ ਨੂੰ ਮਨਜ਼ੂਰੀ ਦਿੰਦਾ ਹੈ ਭਾਈ ਐਕਟ ਆ ਉਹਦੇ ਤੇ ਟੈਕਸ ਵੀ ਆ ਜੀ ਤੁਸੀਂ ਮੰਡੀ ਦੇ ਵਿੱਚ ਟੈਕਸ ਦੇ ਕੇ ਖਰੀਦੋਗੇ ਲਾਇਸੈਂਸ ਲੈਣਾ ਪਊਗਾ ਇਹ ਹੋਣਾ ਕਿ ਤੁਸੀਂ ਧਾਰ ਘ ਉਹ ਸਰਕਾਰ ਦੇ ਧਾਰੇ ਜਾਂ ਕਾਨੂੰਨ ਦੇ ਅੰਦਰ ਆ ਉਹ ਕੋ ਧੋਖਾ ਕਰੂਗਾ ਫੜਿਆ ਜਾਊਗਾ ਉਹਦੇ ਐਫ ਆਈ ਆਰ ਰਜਿਸਟਰਡ ਹੋ ਸਕਦੀ ਹੈ ਇਹਨਾਂ ਦੇ ਮੁਤਾਬਕ ਤੇ ਨਿਕਲੀ ਸਾਰਾ ਕੁਝ ਗਿਆ ਕਿਤੇ ਕਾਨੂੰਨੀ ਕਾਨੂੰਨ ਦਾ ਹੀ ਉਹਦੇ ਉੱਤੇ ਕੋਈ ਮਤਲਬ ਸਿਕੰਜਾ ਹੀ ਨਹੀਂ ਰਹਿ ਗਿਆ ਉਹਨੂੰ ਤੇ ਬਿਲਕੁਲ ਫ੍ਰੀ ਕਰਤਾ ਕਿਸਾਨ ਦਾ ਧੌਣ ਦੇਤੀ ਉਹਦੇ ਚ ਵੀ ਤੂੰ ਨਹੀਂ ਹਿਲ ਸਕਦਾ ਉਹਨੂੰ ਕਹਿੰਦਾ ਵੀ ਤੂੰ ਜਿੱਥੇ ਮਰਜੀ ਜਾ ਜਿਹੜੇ ਸਾਡੇ ਐਕਟ ਪੜ ਲਓ ਤੇ ਉਹਨਾਂ ਦੇ ਪੜ ਲਓ ਮੈਂ ਫੇਰ ਤੁਹਾਨੂੰ ਕਹਿ ਰਿਹਾ ਰਿਫਾਰਮ ਦੀ ਜ਼ਰੂਰਤ ਹੈਗੀ ਆ ਰਿਫਾਰਮ ਉਹ ਹੋਣਾ ਚਾਹੀਦਾ ਜਿਹੜਾ ਕਿਸਾਨ ਪੱਕੀ ਹੋਵੇ ਅਸੀਂ ਇਹਨਾਂ ਦੇ ਪ੍ਰਾਈਵੇਟ ਨਾਖਰੀਦਨ ਖਰੀਦਨ ਪਰਫਾਰਮ ਐਮਐਸਪੀ ਪੂਰੀ ਹੋਵੇ ਟੈਕਸ ਪੂਰਾ ਐਪੀਐਮਸੀ ਦਿਓ ਮੰਡੀ ਖਤਮ ਨਾ ਕਰੋ ਪ੍ਰਾਈਵੇਟ ਕਿਸੇ ਦੇ ਨਾਲ ਤਾਂ ਵੀ ਟੈਕਸ ਦੇ ਕੇ ਖਰੀਦ ਹੁਣ ਪ੍ਰਾਈਵੇਟ ਪਲੇਅਰ ਤਾਂ ਅੱਜ ਵੀ ਖਰੀਦਦੇ ਹੈ ਸ਼ੈਲਟਰ ਪ੍ਰਾਈਵੇਟ ਖਰੀਦਦੇ ਨੇ ਸਬਜ਼ੀ ਮੰਡੀਆਂ ਉਹ ਪ੍ਰਾਈਵੇਟ ਖਰੀਦਦੇ ਨੇ ਟੈਕਸ ਦਿੰਦੇ ਨੇ ਇਹத் ਨਹੀਂ ਕਹ ਪੀ ਉਹਨਾਂ ਦੇ ਸਾਥੀ ਸਾਰੇ ਕਿਸਾਨ ਨੂੰ ਫੜਾਤਾ ਤੂੰ ਚੱਕ ਕੇ ਲੈ ਜਾ ਜੋ ਉਹਦੇ ਉਹਦੇ ਵਿੱਚ ਭਾਜਪੀ ਇਹ ਤਰਕ ਦੇ ਰਹੀ ਹੈ ਕਿ ਜਿਹੜਾ ਇਸ ਵੇਲੇ ਟੈਕਸ ਸਰਕਾਰ ਇਕੱਠਾ ਕਰ ਰਹੀ ਹੈ ਜੇ ਉਹ ਟੈਕਸ ਮਾਫ ਹੁੰਦਾ ਹੈ ਤਾਂ ਉਹ ਮੁਨਾਫੇ ਦੇ ਤੌਰ ਤੇ ਕਿਸਾਨ ਕੋ ਜਾਏਗਾ ਵਰਕੀ ਕੋ ਮੈਨੇ ਗੱਲ ਕਿੱਦਾਂ ਮੁਨਾਫੇ ਦੇ ਤੌਰ ਤੇ ਕਿਸਾਨ ਕੋ ਜਾਊਗਾ ਕਿੱਥੇ ਮੈਨੂੰ ਜਿਹੜਾ ਬੰ ਵੀ ਉਹਨੇ 2 ਰੁਪਏ ਦੀ ਚੀਜ਼ ਲੈ ਕੇ 2 ਰੁਪਏ ਕਿਲੋ ਆਲੂ 2 ਰੁਪਏ ਕਰੋ ਸਬਜ਼ੀ ਖਰੀਦਾ ਟੈਕਸ ਉੱਤੇ ਕਿੰਨਾ ਦਿੰਦਾ ਜੀ 16 ਪੈ 18 ਪੈ 2 8% ਉਹ ਵੇਚਦਾ ਕੀ ਭਾਇਆ 20 ਰੁਪਏ 25 ਰੁਪਏ ਕਿਲੋ ਇਹ ਗੱਲਾ ਫੇਰ ਫੜਾਉਣ ਜਾ ਰਹੇ ਦੂਜਾ ਇਹਨਾਂ ਸਭ ਤੋਂ ਵੱਡਾ ਐਸੈਂਸ਼ੀਅਲ ਕਮਿਊਨਿਟੀ ਐਕਟ ਹੁੰਦਾ ਹੈ ਜਿਹੜਾ ਜਿਹੜਾ ਮਤਲਬ ਇਹਨਾਂ ਜਿਹੜਾ ਜ਼ਗੀਰੇ ਬਾਜੀ ਵਾਲਾ ਜਿਹੜਾ ਇਹਨਾਂ ਦਿੱਤਾ ਹੈ ਹਨਾ ਤੁਸੀਂ ਮੈਨੂੰ ਦੱਸੋ ਸਿੱਧੀ ਸਿੱਧੀ ਲੁੱਟ ਨਹੀਂ ਗਈ ਵੀ ਮਾਲ ਦੇ ਤੂਲੇ ਆ ਖਰੀਦ ਉਹ ਵੀ ਟੈਕਸ ਤੋਂ ਬਗੈਰ ਹੁਣ ਲਾਲਾ ਤਾਣਾ ਇਹਨੂੰ ਆਪਣੇ ਗੋਦਾਮ ਦੇ ਵਿੱਚ ਹੁਣ ਮਰਜ਼ੀ ਤੇਰੀ ਇਹਨੂੰ ਵੇਚੀ 10 ਦਿਨਾਂ ਬਾਅਦ ਜਦੋਂ ਚਰਮ ਸੀਮਾ ਦੇ ਭੰਗਾਈ ਪਹੁੰਚ ਜੂਗੀ ਤੇ ਉਦੋਂ ਉਦੋਂ ਵੇਚ ਦੇਣਗੇ ਕਿਉਂਕਿ ਵੇਖੋ ਫਸਲ ਆਉਣੀ 6 ਮਹੀਨੇ ਬਾਅਦ 4 ਮਹੀਨੇ ਨਾਲ ਕੋਲਿਆ ਉਹਨੂੰ 3 4 5 ਕਰਨ ਦੀ ਅਜੇ ਵੀ ਵਪਾਰੀ ਜਿਹੜਾ 2 3 4 ਵੈਸੇ ਹੀ ਮਿੰਗਾ ਵੇਚਦਾ ਹੈ ਕਿਸਾਨ ਜਿਹੜਾ 6 ਮਹੀਨੇ ਤਿਆਰ ਕਰਦਾ ਫਸਲ ਉਤੋਂ ਉਹਦੇ ਹਿਸਾਬ ਨਾਲ ਤੁਸੀਂ ਕਿਸਾਨ ਦੀ ਫਸਲ ਜਿਹੜੀ ਜਿਹੜੀ ਸਬਜ਼ੀ ਆ ਉਹ ਮੁਸ਼ਕਲ ਦੇ ਨਾਲ 10-15 ਦਿਨ ਫਰਜ਼ਾ ਹੁੰਦਾ ਜਾਂ 20 ਦਿਨ ਮੈਕਸਿਮਮ ਉਸ ਤੋਂ ਬਾਦ ਉਹ ਫਸਲ ਖਤਮ ਸਫਾ ਪਾ ਰਹਿਦਾ ਥੱਲੇ ਜਿਨ੍ਹਾਂ ਕੋਲ ਸਟੋਰੇਜ ਦਾ ਪ੍ਰਬੰਧ ਹੈਗਾ ਉਹ ਸਟੋਰ ਕਰਦੇ ਆ ਉਹਨੂੰ 4 ਗੁਣਾ 5 ਗੁਣਾ 10 ਗੁਣਾ ਵਧ ਕਰਕੇ ਵੇਚਦੇ ਆ ਉਥੇ ਜਿਹੜਾ ਜਿਹੜਾ ਟੈਕਸ ਆ ਉਹਦੇ ਨਾਲ ਤਾਂ ਕੋਈ ਬਹੁਤਾ ਵੱਡਾ ਫਰਕ ਪੈਂਦਾ ਹੀ ਨਹੀਂ ਇਹਨਾਂ ਨੂੰ ਭਾਗ ਹੀ ਮਿਲਦਾ ਕਿਸਾਨ ਨੂੰ ਨਹੀਂ ਜਿਵੇਂ ਪੰਜਾਬ ਚ ਕਹਿੰਦੇ ਕਿ 4 ਤੋਂ 5000 ਕਰੋੜ ਦਾ ਟੈਕਸ ਜਿਹੜਾ ਹੈ ਉਹ ਕਰਦਾ ਹੈ ਨਾ ਟੈਕਸ ਉਹ ਕਿੱਥੀ ਕਰਦੀ ਸਰਕਾਰ ਦਾ ਬਣਾ ਉਹ ਟੈਕਸ ਸਾਰਾ ਹੀ ਕਿਸਾਨ ਉਹ ਉਹਦੇ ਫਿਰ ਇਹਦੇ ਇਨਕਮ ਟੈਕਸ ਵੀ ਮਾਫ ਕਰ ਦਿਓ ਇਹਦੇ ਸਾਰੇ ਟੈਕਸ ਹੀ ਖਤਮ ਕਰ ਦੋ ਉਹ ਸਰਕਾਰ ਦਾ ਬਣਾਇਆ ਸਟਰਕਚਰ ਹੈ ਨਾ ਵੀ ਟੈਕਸ ਆਉਣਾ ਤੇ ਕੰਮ ਹੋਣੇ ਉਹਦੇ ਵਪਾਰੀ ਨੂੰ ਆ ਜੱਟੋ ਵਿੱਚ ਕੀ ਕੱਠੜੀ ਗੱਲ ਦੇ ਵਿੱਚ ਸਰਕਾਰ ਦਾ ਵੀ ਤਰਕ ਸੂਬਾ ਸਰਕਾਰਾਂ ਵੀ ਦੇ ਰਹੀ ਨੇ ਕਿ ਸਾਡੇ ਜਿਹੜੇ ਅਧਿਕਾਰ ਨੇ ਸਿੱਧੇ ਤੁਹਾਡੇ ਤੁਸੀਂ ਦਖਲ ਦੇ ਰਹੇ ਹੋ ਸਾਰੇ ਸਾਰੇ ਸਾਰੀਆਂ ਛੜਕਾ ਸਾਰਾ ਇਨਫਰਾਸਟ੍ਰਕਚਰ ਪਿੰਡਾਂ ਦਾ ਕਦੇ ਨਾ ਬਣਦਾ ਹੈ ਮੰਡੀ ਕਨ ਬੋਰਡ ਦੇ ਨਾਲ ਸੋ ਅੱਜ ਕਿਤੇ ਨਾ ਕਿਤੇ ਉਹਦਾ ਜਿਹੜਾ ਤਰਕ ਆ ਇਹ ਸਿਰਫ ਪੂੰਜੀ ਪਤੀਆਂ ਨੂੰ ਬਚਾਉਣ ਵਾਸਤੇ ਗਲਤ ਜੇ ਜੇ ਤਰਕ ਸਾਰੇ ਸਾਨੂੰ ਹੀ ਅੱਜ ਦੇਣ ਦੇ ਮੀਡੀਆ ਜਾ ਕੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ 30 ਜੱਥੇ ਬੰਦੀਆਂ ਵੇਂਦੀਆਂ ਨੇ ਉਹਨਾਂ ਦੇ ਸਾਹਮਣੇ ਸਾਰੇ ਤਰਕ ਨਾ ਰੱਖੇ ਨਾ ਉਹਨਾਂ ਫੇਲ ਕਰਦੇ ਨਾ ਐਕਸਪਰਟ ਨੇ ਉੱਥੇ ਗਲਤੀ ਮੰਨ ਲਈ ਨਾ ਹੁਣ ਇਸ ਤੋਂ ਬਾਅਦ ਤਰਕ ਦੀ ਕੋਈ ਗੁਜਾਇਸ਼ ਰਹੀ ਨਹੀਂ ਜਾਂਦੀ ਪੰਜਾਬ ਦੇ ਵਿੱਚ ਜਿਹੜਾ 4000 ਕਰੋੜ ਟੈਕਸ ਆਉਂਦਾ ਮੰਡੀਆਂ ਤੋਂ ਉੱਚੀ ਵੇਖੋ ਵੀ ਪੰਜਾਬ ਚ ਸਭ ਤੋਂ ਵੱਧ ਲਿੰਕ ਰੋਡਾਂ ਦਾ ਜਾ ਲਿਆ 70000 ਕਿਲੋਮੀਟਰ ਸਾਡੇ ਲਿੰਕ ਦੇ 2000 ਮੰਡੀਆਂ ਉਹਨਾਂ ਦੇ ਅਸੀਂ ਯਾਰਟ ਪੜਾਏ ਉਹ ਲੋਕਾਂ ਦੀ ਤਰੱਕੀ ਵਾਸਤੇ ਲੱਗਦਾ। ਦਾੜੀ ਉਹ ਜਿਹੜਾ ਟੈਕਸ ਆ ਕਿਸਾਨ ਕੋਲ ਦੀ ਲਿਆ ਜਾਂਦਾ। ਉਹ ਜਿਹੜਾ ਖਰੀਦਦਾਰ ਆ ਉਹ ਦਿੰਦਾ। ਸਰਕਾਰ ਕਿਸਾਨ ਤੇ ਤੇ ਉਹਦਾ ਬੋਝ ਹੀ ਹੈ ਨਹੀਂ ਉਹ ਖਰੀਦਦਾਰ ਦਿੰਦਾ। ਤੇ ਇਹ ਫਿਰ ਖਰੀਦਦਾਰ ਦੀ ਮਦਦ ਕਰਨਾ ਚਾਹੁੰਦੇ। ਇਹ ਫਿਰ ਵੱਡੇ ਕਾਰਪੋਰੇਟਾਂ ਦੀ ਮਦਦ ਕਰਨਾ ਚਾਹੁੰਦੇ ਵੀ ਜਿਹੜਾ ਕਿਸਾਨ ਆ ਉਹਦੇ ਕੋ ਟੋਹਿੰਨ ਕੰਪਟੈਕਸ ਵੀ ਲਾਓ ਜੀਐਸਟੀ ਵੀ ਲਾਓ ਉਹਦੇ ਕੋ ਸੈਸ ਵੀ ਲਾਓ ਤੇ ਜਿਹੜੇ ਵੱਡੇ ਪੂੰਜੀਪਤੀ ਉਹਦਾਂ ਟੈਕਸ ਮਾਫ ਕਰੀ ਜਾ ਇਹ ਦਾਦੀ ਪਾਦੀਆਂ ਦੇ ਘਰ ਪਰ ਦੀ ਜਿਹੜੀ ਇੰਦਾ ਦੀ ਸਕੀਮ ਇੱਕ ਸਭ ਦੇ ਸਾਹਮਣੇ ਹੈ ਕਿ 6% ਲੋਕਾਂ ਨੂੰ ਇਸ ਸੈਂਟਰ ਸਰਕਾਰ ਦੇ ਵੀ ਅੰਕੜੇ ਨੇ ਕਿ 6% ਲੋਕਾਂ ਨੂੰ ਐਮਐਸਪੀ ਮਿਲਦੀ ਸੀ ਬਾਕੀ 94% ਜਿਹੜੇ ਲੋਕ ਸੀ ਪਹਿਲਾਂ ਹੀ ਪ੍ਰਾਈਵੇਟ ਮੰਡੀ ਦੇ ਵਿੱਚ ਆਪਣੀ ਫਸਲ ਵੇਚਦੇ ਹੁੰਦੇ ਸੀ ਐਮਐਸਪੀ ਨੂੰ ਲੈ ਕੇ ਇੱਕ ਹੁਣ ਤੁਹਾਡੇ ਵੱਲ ਵੀ ਮੰਗ ਉੱਠਦੀ ਹੈ ਕਿ ਐਮਐਸਪੀ ਲਿਖਤੀ ਤੌਰ ਤੇ ਦੇ ਦਿਓ ਉਸ ਵਾਲੇ ਕਰਨੇ ਕਿ ਇਹ ਦੇਖੋ ਜੀ ਇਹ ਤਾਂ ਪੋਲਿਟਿਕਸ ਰਾਜਨੀਤੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਤੁਹਾਡੀਆਂ ਸਰਕਾਰਾਂ ਰਈਆਂ ਨੇ ਲਿਖਤੀ ਤੌਰ ਤੇ ਐਮਐਸਬੀ ਅਜ ਤੱਕ ਇਹਦੀ ਸਰਕਾਰ ਨੇ ਦਿੱਤੀ ਹੈ ਦੂਜਾ ਸਵਾਲ ਇਹ ਸੀ ਕਣਕ ਝੋਨਾ ਬੁਨਿਆਦੀ ਚੀਜ਼ਾਂ ਲੋਕ ਵਰਤ ਦੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਸਿਸਟਮ ਲਾਗੂ ਕਰ ਦੋਗੇ ਤਾਂ ਉਹਦਾ ਜਿਹੜਾ ਜੋ ਸਰਕਾਰ ਨੇ ਅਦਾਇਗੀ ਕਰਨੀ ਹੈ ਉਹ ਕਰੀ 50 ਲੱਖ ਰੁਪਏ ਦੇ ਕਰੀਬ ਬਣਦੀ ਹੈ ਤੇ ਉਹ ਕੋਈ ਸਰਕਾਰ ਅਦਾਇਗੀ ਨਹੀਂ ਕਰ ਸਕਦੀ ਨਹੀਂ ਮੈਂ ਮੈਂ ਤੁਹਾਡੇ ਮੰਦੇ ਮਨ ਇਹ ਕਹਿਣਾ ਚਾਹੁੰਦਾ ਹਾਂ ਜਿਹੜੀ ਤੁਸੀਂ ਗੱਲ ਕਹੀ ਕਿ ਜਿਹੜੀਆਂ ਜਿਹੜੀ ਐਮਐਸਪੀਓ ਬਹੁਤ ਘੱਟ ਜਗ੍ਹਾ ਤੇ ਹਨ ਨੂੰ ਪਤਾ ਕਿ ਪੰਜਾਬ ਹਰਿਆਣਾ ਚ ਮਿਲਦੀ ਹੈ ਕੁਝ ਯੂਪੀ ਚ ਮਿਲਦੀ ਹੈ ਕੁਝ ਪਿਆਰ ਚ ਮਿਲਦੀ ਹੈ ਅੱਜ ਮੈਨੂੰ ਇੱਕ ਗੱਲ ਦੱਸੋ ਯੂਪੀ ਦੀ ਕਿੱਥੇ ਇਲਾਕੇ ਚ ਚਲੇ ਜਾਓ ਸਾਡੇ ਸਾਡੇ ਵੀ ਉੱਥੇ ਭਰਾ ਰਹਿੰਦੇ ਆ ਆਟਾ ਜਿਹੜਾ ਉਹ 20 ਤੋਂ 25 ਰੁਪਏ ਕਲ ਉੱਥੇ ਵਿਗਣਿਆ ਕਣਕ ਕੀ ਭਾਵੇਂ ਕੀ ਦੀ ਹੈ 600 ਰੁਪਏ ਕਮਾਉਂਦਾ ਕੌਣ ਹੈ ਜਿਹੜਾ ਪ੍ਰਾਈਵੇਟ ਪਲੇਅਰ ਹੈ ਜੇ ਐਮਐਸਪੀ ਲਾਗੂ ਇਹ ਕਹਿ ਦਿੰਦੇ ਵੀ ਕਿਸੇ ਵੀ ਪ੍ਰਾਈਵੇਟ ਪਲੇਅਰ ਨੇ ਇਤੋਂ ਘੱਟ ਨਹੀਂ ਖਰੀਦਣਾ ਇਹਨਾਂ ਦਾ ਕੀ ਨੁਕਸਾਨ ਹੈ ਜੀ ਪ੍ਰਾਈਵੇਟ ਪਲੇਅਰ ਕਿਧੂਗਾ ਵੇਦੂਗਾ ਕੰਜ਼ਿਊਮਰ ਨੂੰ ਸਸਤਾ ਮਿਲਦਾ ਨਹੀਂ ਉਹਦੀ ਆੜ ਦੇ ਵਿੱਚ ਲੁੱਟਿਆ ਕਿਸਾਨ ਜਾਂਦੇ ਜਦ ਕੰਜ਼ਿਊਮਰ ਨੂੰ ਸਸਤੀ ਚੀਜ਼ ਦਿਓ ਥੈਂ ਤੇ ਠੀਕ ਹੈ ਕੰਜ਼ਿਊਮਰ ਨੂੰ ਸਸਤੀ ਚੀਜ਼ ਮਿਲੀ ਨਾ ਅੱਛਾ ਸਟੇਟ ਗਵਰਨਮੈਂਟ ਨੂੰ ਫੈਡਰਲ ਟੱਚਾਂ ਖਤਮ ਕਰਤਾ ਇਹ ਸਟੇਟ ਸਬਜੈਕਟ ਐ ਪਹਿਲੀ ਗੱਲ ਤੇ ਸਭ ਤੋਂ ਵੱਡੀ ਗੱਲ ਐ ਕਿਉਂਕਿ ਸਾਰੀਆਂ ਸਟੇਟਾਂ ਦਾ ਵਾਧਾ ਧਰਤੀ ਅਲੱਗ-ਅਲੱਗ ਐ ਉੱਥੇ ਕੀ ਫਸਲ ਹੁੰਦੀ ਕੀ ਨਹੀਂ ਹੁੰਦੀ ਉਹ ਅਲੱਗ-ਅਲੱਗ ਐ ਹਰ ਚੀਜ਼ ਅਲੱਗ-ਅਲੱਗ ਹੁੰਦੀ ਐ ਉਹ ਉਥੋਂ ਦੀ ਸਟੇਟ ਨੇ ਡਿਸਾਈਡ ਕਰਨਾ ਹੁੰਦਾ ਕਿ ਮੇਰਾ ਇੱਥੇ ਕਿਵੇਂ ਚੱਲਣਾ ਕਿਵੇਂ ਮੈਂ ਤੇ ਮਤਲਬ ਮੰਡੀਕਰਨ ਕਰਨਾ ਕਿਵੇਂ ਦਾ ਪ੍ਰਬੰਧ ਹੋਣਾ ਉਹ ਸਟੇਟਾਂ ਕਰਦੀਆਂ ਨੇ ਪਰ ਇਹਨਾਂ ਨੇ ਸਾਰਾ ਕੁਝ ਆਪਣੇ ਅੰਡਰ ਲੈ ਲਿਆ ਕਿਉਂ ਕਿ ਜੇ ਸਟੇਟਾਂ ਚ ਹੋਵੇ ਤੇ ਫਿਰ ਹਰ ਸਟੇਟ ਨੇ ਜਿਹੜਾ ਖਰੀਦਦਾਰਾਂ ਨੂੰ ਦੱਸਣਾ ਭਾਈ ਮੇਰੇ ਆ ਕਾਨੂੰਨ ਬਣਦੇ ਆ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਕੋਈ ਚੈੱਕ ਨਹੀਂ ਕੋਈ ਉਹਦੇ ਤੇ ਪੁੱਛਗਿਛ ਨਹੀਂ ਜਿੰਨਾ ਮਰਜ਼ੀ ਸਮਾਨ ਤੁਸੀਂ ਬਲੈਕ ਮਾਰਕੀਟ ਨੂੰ ਇੱਕਦਮ ਇੱਕ ਇੱਕ ਬੰਦਾ ਖਰੀਦਦਾ ਆ ਉਹ ਕਣਕੀ ਮਹੀਨਾ ਹੋਲਡ ਕਰ ਲੇ ਵੀ ਮੈਂ ਨਹੀਂ ਮਾਰਕੀਟ ਚ ਦੇਣੀ ਹਾ ਹਾਕਰ ਮੱਜਣੀ ਤੁਹਾਨੂੰ ਪਤਾ ਵੀ ਆਪਣੇ ਜਿਹੜਾ ਛੁੱਟਾ ਜਿਹੜਾ ਥੱਲੇ ਚੱਕੀਆਂ ਵਾਲੇ ਦੂਜੇ ਤੇ ਜਿਹੜਾ ਕਣਕ ਦੀ ਪਿਛੋਣੀ ਉਹਨਾਂ ਇੱਕਦਮ ਰੇਟ ਵਧਾ ਦੇਣਾ ਆਟੇ ਦਾ ਫਿਰ ਫਿਰ ਕਿਨੂੰ ਫਾਇਦਾ ਜੀ ਉਹਦਾ ਇੱਕ ਥੋੜੀ ਇੱਕ ਗੱਲ ਮੈਂ ਹੋਰ ਪੁੱਛਣੀ ਚਾਹੂੰਗਾ ਸਵਾਲ ਇਹ ਉੱਠਦਾ ਕਿ ਕਣਕ ਝੋਨੇ ਦੀ ਗੱਲ ਹੋ ਰਹੀ ਹੈ ਉਹਦੇ ਤੇ ਐਮ ਐਸ ਪੀ ਮਿਲ ਰਹੀ ਹੈ ਕਿਸਾਨ ਨੂੰ ਮੱਕੀ ਦਾ ਰੇਟ ਸਰਕਾਰ 1800 ਰੁਪਏ ਤੈਅ ਕਰਦੀ ਹੈ 700 800 ਰੁਪਏ ਇਸ ਵੇਲੇ ਵਿਕਰੀ ਹੈ ਮੱਕੀ 5700 ਰੁਪਏ ਕਪਾਹ ਦਾ ਰੇਟ 5500 ਦੇ ਕਰੀਬ ਸਰਕਾਰ ਨੇ ਤੈਅ ਕੀਤਾ ਹੋਇਆ 4000 ਤੇ ਵੀ ਮੰਡੀ 'ਚ ਜਿਹੜਾ ਵਪਾਰੀ ਆ ਉਹ ਉਨ੍ਹਾਂ ਦੇ ਉੱਤੇ ਅੱਜ ਤੱਕ ਤੁਹਾਡੀ ਵੀ ਪਿਛਲੀ ਸਰਕਾਰ ਨਹੀਂ ਹੋਵੇ ਕਿਸੇ ਨੇ ਕੋਈ ਜ਼ੋਰ ਨਹੀਂ ਪਾਇਆ ਕਦੇ ਕਿਸੇ ਤੋਂ ਕੋਈ ਕਾਰਵਾਈ ਨਹੀਂ ਹੁੰਦੀ ਕਿ ਤੁਸੀਂ ਐਮਐਸਪੀ ਦੇ ਉੱਤੇ ਖਰੀਦਦੇ ਕਿਉਂ ਨਹੀਂ ਹੋ ਭਵਿੱਖ ਦੇ ਵਿੱਚ ਜੇ ਕਾਂਗਰਸ ਨੂੰ ਕਦੇ ਮੌਕਾ ਮਿਲਦਾ ਹੈ ਕਿ ਤੁਸੀਂ ਤੁਸੀਂ ਇਸ ਤਰੀਕੇ ਦਾ ਕੋਈ ਕਾਨੂੰਨ ਬਣਾਓਗੇ ਕਿ ਐਮਐਸਪੀ ਜੋ ਸਰਕਾਰ ਨੇ ਤੈਅ ਕਰ ਦਿੱਤੀ ਹੈ ਉਹਦੇ ਤੁਸੀਂ ਚੀਜ਼ ਖਰੀਦੋਗੇ ਬਿਲਕੁਲ ਦੇਖੋ ਜਿਹੜੀ ਜਿਹੜੀ ਗੱਲ ਤੁਸੀਂ ਕਹਿ ਰਹੇ ਨਾ ਕਿ ਜਿਹੜਾ ਮੰਡੀਆਂ ਦਾ ਜਿਹੜਾ ਮਤਲਬ ਕੁਝ ਫਸਲਾਂ ਦੀ ਜਿਹੜੀਆਂ ਬਹੁਤੀਆਂ ਫਸਲਾਂ ਤੇ ਐਮਐਸਪੀ ਨਹੀਂ ਮਿਲਦੀ ਜਿਆਦਾਤਰ ਫਸਲਾਂ ਜੀ ਅਸੀਂ ਗਲਤੀ ਕੀਤੀ ਕਿ ਆ ਇਹਨਾਂ ਨੇ ਖੂਜ ਅੱਗੇ ਉੱਥੇ ਫਿਰ ਡਿੱਗਣਾ ਸਾਰਿਆਂ ਨੂੰ ਹੁਣ ਜੋ ਕਾਨੂੰਨ ਬਣਾਉਣ ਜਾ ਰਹੇ ਆ ਸਾਰਿਆਂ ਨੇ ਸਾਂਝੀ ਮੰਗ ਕਰ ਲਈ origignal ਪਾਰਟੀਆਂ ਨੇ ਕਰ ਲਈ ਨੈਸ਼ਨਲ ਪਾਰਟੀ ਨੇ ਕਰ ਲਈ ਅਸੀਂ ਕਹਿੰਦਾ ਵੀ ਤੁਸੀਂ ਭਾਈ ਇਹ ਐਮਐਸਪੀ ਬਣਾਓ ਵੀ ਜਿੰਨੇ ਵੀ ਖਰੀਦਣਾ ਏ ਬੀ ਸੀ ਡੀ ਜਿਹੜਾ ਵੀ ਖਰੀਦੇ ਕੀ ਜਿਹੜਾ ਮੱਕੀ ਸਸਤੀ ਹੋ ਗਈ ਆ ਤੇ ਕੌਰਨਫਲੈਕ ਸਸਤਾ ਵਿਕਣ ਡਿਆ ਉਹ ਜਿਹੜੇ ਨਾਚੋ ਬੰਡੇ ਨੂੰ ਸਸਤੇ ਵਿਕਣ ਡੇ ਨੇ ਉਹ ਉਹਦਾ ਰੇਟ ਤੇ ਕਿਹਦਾ ਘਟ ਪੈਕਟ ਦਾ ਘਟਣੀ ਆਇਆ ਫਾਇਦਾ ਕਿਹਨੂੰ ਆਇਆ ਪ੍ਰਾਈਵੇਟ ਪਲੇਅਰ ਨੂੰ ਸਰਕਾਰ ਆ ਭਾਵੇਂ ਨਾ ਕਰੀ ਦੇ ਪਰ ਸਰਕਾਰ ਇਹ ਅੰਕੁਸ਼ ਤੇ ਲਾਵੇ ਵੀ ਭਾਈ ਇਤੋਂ ਘਟ ਨਹੀਂ ਖਰੀਦਣ ਦੇਣੀ ਜੇ ਖਰੀਦੇਗਾ ਪਤਾ ਲੱਗ ਗਿਆ ਅੰਦਰ ਜਾਏਗਾ ਜਿਲ੍ਹੇ ਜਿਹਦਾ ਕੈਪਟਨ ਸਾਹਿਬ ਨੇ ਕਾਨੂੰਨ ਪਾਸ ਕੀਤਾ ਕਿ ਜੇ ਮੇਰੇ ਸਟੇਟ ਚ ਐਮ ਐਸ ਪੀ ਤੋਂ ਘਟਕੇ ਨੇ ਖਰੀਦਿਆ ਤੇ ਜੇਲ੍ਹ ਜਾਣਾ ਪਊਗਾ ਐਮ ਐਸ ਦਿਓ ਕਣਕ ਝੋਨੇ ਤੱਕ ਸੀਮਤ ਕਿਉਂ ਹੈ ਤੁਸੀਂ ਬਾਕੀ ਦੀਆਂ ਫਸਲਾਂ ਤੇ ਕਿਉਂ ਨਹੀਂ ਲਾਗੂ ਕਰਦੇ ਸਾਰੀਆਂ ਦੀ ਗੱਲ ਕਰਨੀ ਐਮ ਐਸ ਪੀ ਉਹਨਾਂ ਨੇ ਸਾਰਿਆਂ ਦੇ ਕਹੀ ਹੈ ਮੇਰੀ ਗੱਲ ਸੁਣੋ ਵੇਖੋ ਵੇਖੋ ਅੱਜ ਕੀ ਆ ਅੱਜ ਦਾਲ ਮੱਕਾ ਤੇਲ ਸਾਰੇ ਜਿੰਨੇ ਵੀ ਫਸਲਾਂ ਨੇ ਪ੍ਰਾਈਵੇਟ ਪਲੇਅਰ ਖਰੀਦਣ ਰਿਹਾ ਐਮ ਐਸ ਪੀ ਤੋਂ ਥੱਲੇ ਜਾ ਕੇ ਸਰਕਾਰ ਨਹੀਂ ਖਰੀਦ ਰਹੀ ਅੱਲ ਫੇਰ ਦੇਖੋ ਸਰਕਾਰ ਨਹੀਂ ਖਰੀਦ ਰਹੀ ਸਿਰਫ ਪ੍ਰਾਈਵੇਟ ਪਲੇਅਰ ਖਰੀਦ ਰਿਹਾ ਤੇ ਜੇ ਪ੍ਰਾਈਵੇਟ ਪਲੇਅਰ ਨੂੰ ਇਹ ਕਹਿ ਦਿੱਤਾ ਜਾਵੇ ਵੀ ਆ ਐਮਐਸਪੀ ਆ ਭਾਈ ਇਸ ਤੋਂ ਥੱਲੇ ਨਹੀਂ ਤੂੰ ਖਰੀਦ ਸਕਦਾ ਆਪੇ ਉਹ ਆਪਣਾ ਵੇਖੋ ਉਹ ਮਾਰਜਨ ਦੇ ਘੱਟ ਨਹੀਂ ਕਮਾਰਿਆ ਉਹ ਮਾਰਜਨ ਦੇ ਬਹੁਤ ਜ਼ਿਆਦਾ ਕਮਾਰਿਆ ਵਾ ਕਿਸਾਨ ਰੁੱਲਦਾ ਆ ਤੁਸਾਂ ਮੇਨਾਤਰ ਰਿਪੋਰਟ ਤੁਹਾਨੂੰ ਜੇ ਸਰਕਾਰ ਚ ਆਉਣ ਦਾ ਮੌਕਾ ਮਿਲਦਾ ਹੈ ਭਵਿਕ ਚ ਕੀ ਕਾਂਗਰਸ ਇਸ ਚੀਜ਼ ਨੂੰ ਲਾਗੂ ਕਰੇਗੀ ਕਿ ਜਿੰਨੀਆਂ ਸੈਂਟਰ ਦੀ ਸਰਕਾਰ ਨੇ ਫੈਸਲਾ ਕੀਤੀਆਂ ਨੇ ਉਤੋਂ ਘੱਟ ਕੋਈ ਖਰੀਦੇਗਾ ਤਾਂ ਅਸੀਂ ਸਜ਼ਾ ਦਾ ਪ੍ਰਭਾਵਦਾਨ ਕਰਾਂਗੇ ਕਾਨੂੰਨ ਬਣਾਵਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਆ ਕਾਲੇ ਕਾਨੂੰਨ ਤਿੰਨੇ ਰੱਦ ਕਰਾਂਗੇ ਨੰਬਰ 1 ਅਸੀਂ ਸੁਨਿਸ਼ਚਿਤ ਕਰਾਂਗੇ ਕਿ ਹਰ ਕਿਸਾਨ ਨੂੰ ਜਿਹੜੀ ਐਮਐਸਪੀ ਮਿਲੇ ਤੇ ਇਹਨੂੰ ਇੰਪਲੀਮੈਂਟ ਜਿਹੜੇ ਪੰਜਾਬ ਦੇ ਵਿੱਚ ਅਸੀਂ ਕੀਤਾ ਵਾ ਵੀ ਜਿਹੜਾ ਐਮਐਸਪੀ ਤੋਂ ਕਟ ਕਰੀ ਦੂ ਉਹਦੇ ਉਹਦੇ ਤੇ ਕਦੂਦੀ ਕਰ ਵੀ ਉਹ ਇੱਕ ਦਾ ਕਦੂਦੀ ਕਰ ਵੀ ਸੁਨਿਸ਼ਚਿਤ ਕਰਾਵਾਂ ਜੀ ਸਾਡੇ ਕੁਲਬੀਰ ਜੀਰਾਜੀ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੰਦੇ ਆ ਜੀਰਾ ਸਾਹਿਬ ਲੋਕਾਂ ਦੇ ਨਾਲ ਗੱਲਬਾਤ ਉੱਥੇ ਕਰਦੇ ਰਹਿੰਦੇ ਨੇ ਪਿੰਡਾਂ ਦੇ ਇਲਾਕੇ ਦੇ ਵਿੱਚ ਜੀਰਾ ਸਾਹਿਬ ਇਹਨਾਂ ਕਾਨੂੰਨਾਂ ਦੇ ਵਿੱਚ ਇੱਕ ਵੱਡੀ ਗੱਲਬਾਤ ਜਿਹੜੀ ਹੈ ਆੜਤੀਆਂ ਨੂੰ ਲੈ ਕੇ ਵਿਚੋਲਿਆਂ ਦਾ ਜ਼ਿਕਰ ਆਉਂਦਾ ਬਾਰ-ਬਾਰ ਹਾਲਾਂਕਿ ਕੇਂਦਰ ਸਰਕਾਰ ਬਾਅਦ ਵਿੱਚ ਮੁੱਕਰ ਗਈ ਕਿ ਵਿਚੋਲਿਆਂ ਦਾ ਇਹ ਕਾਂਗਰਸ ਦਾ ਸਪੋਰਟ ਵਾਲਾ ਇਹ ਇਤਿਹਾਸਕ तमाम तरह ਦੇ ਇਲਜ਼ਾਮ ਲੱਗੇ ਇਹ ਦੱਸੋ ਕਿ ਤੁਸੀਂ ਪਿੰਡਾਂ 'ਚ ਰਹਿੰਦੇ ਹੋ ਮੰਡੀਆਂ 'ਚ ਜਾਂਦੇ ਹੋ ਆੜਤੀਆ ਸਿਸਟਮ ਨੂੰ ਲੈ ਕੇ ਸ਼ੁਰੂ ਤੋਂ بڑا ਸਵਾਲ ਉੱਠਦਾ ਰਿਹਾ ਕਿ ਕਿਸਾਨ ਨੇ ਮੌਕੇ ਤੇ ਪੈਸੇ ਚਾਹੀਦੇ ਆ ਐਨੇ ਮੋٹے ਵਿਆਜ ਤੇ ਪੈਸੇ ਦਿੰਦੇ ਆ ਕਿ ਕਿਸਾਨ ਮੁੜ ਕੇ ਸਾਰੀ ਉਮਰ ਕਰਜ਼ਾ ਨਹੀਂ ਲਾ ਪਾਉਂਦਾ ਫਿਰ ਉਹ ਸਿਸਟਮ ਹੁਣ ਕਿਉਂ ਪਸੰਦ ਆ ਰਿਹਾ ਕਿਉਂ ਤੁਸੀਂ ਕਹਿ ਰਹੇ ਹੋ ਕਿ ਉਹ ਸਿਸਟਮ ਰਹਿਣਾ ਚਾਹੀਦਾ ਤੁਸੀਂ ਹਮਾਇ ਕੱਲੇ ਆ ਕਿ ਅੱਜ ਦੀ ਗੱਲੀਆਂ ਪਹਿਲੇ ਦਿਨ ਤੋਂ ਹੀ ਆ ਕਿ ਜਿਹੜਾ ਆੜਤੀਆ ਦਾ ਤੇ ਜੱਟ ਦਾ ਜਿਹੜਾ ਹੈ ਕਿ ਨੌ ਮਾਸ ਦਾ ਰਿਸ਼ਤਾ ਹੈ ਕਿਉਂਕਿ ਜੇ ਫਸਲ ਦੀ ਬਿਜਾਈ ਕਰਨੀ ਹੈ ਤੇ ਉਦੋਂ ਵੀ ਪੈਸੇ ਚਾਹੀਦੇ ਆ ਜੇ ਉਸ ਤੋਂ ਬਾਅਦ ਉਹਦੀ ਦੇਖਭਾਲ ਕਰਨੀ ਹੈ ਖਾਦ ਲੈਣੀ ਹੈ ਜਾਂ ਕੁਝ ਵੀ ਹੈ ਜਾਂ ਡੀਜ਼ਲ ਲੈਣਾ ਹੈ ਤਾਂ ਵੀ ਜਿਹੜਾ ਕਿਉਂਕਿ ਕਿਸਾਨ ਦੀ ਹੱਥ ਤੇ ਤਾਂ ਪੈਸੇ ਉਦੋਂ ਆਉਣੇ ਆ ਜਦੋਂ ਫਸਲ ਪੱਕ ਗਈ ਇਸ ਕਰਕੇ ਉਹ ਜਿਹੜਾ ਉਹ 6 ਮਹੀਨੇ ਦਾ ਵਕਬਾ ਇਸ ਕਰਕੇ ਕਿਉਂਕਿ ਹੋਰ ਵੀ ਘਰਾਂ ਦੇ ਖਰਚੇ ਆ ਹੋਰ ਵੀ ਬਹੁਤ ਕੁਸ਼ ਆ ਔਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਉਹ ਚੰਗਾ ਆੜਤੀਏ ਨਹੀਂ ਕਿ ਜਿਨ੍ਹਾਂ ਨੇ ਕਿਸਾਨਾਂ ਨੂੰ ਲੁੱਟਿਆ ਔਰ ਅੱਜ ਉਹ ਫੇਲ ਹੋ ਚੁੱਕੇ ਨੇ ਤੇ ਇਸ ਕਰਕੇ ਮੈਂ ਕਹਿੰਦਾ ਕਿ ਇਹ ਸਿਸਟਮ ਜਿਹੜਾ ਹੈ ਚੱਲਦਾ ਰਹਿਣਾ ਚਾਹੀਦਾ ਹੈ ਕਿ ਤਾਂਕਿ ਇੱਕ ਉਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਔਰ ਜਿਹੜਾ ਹੈ ਕਿ ਇੱਕ ਇੱਕ ਦੂਜੇ ਨਾਲ ਦੇਣ ਲੈਣ ਦਾ ਜਿਹੜਾ ਵਿਹਾਰ ਹੋ ਸਹੀ ਚੱਲ ਸਕੇ ਕੇਂਦਰ ਸਰਕਾਰ ਦੇ ਨਾਲ ਹੁਣ ਤੱਕ ਦਾ ਜੋ ਸਿਸਟਮ ਜੋ ਗੱਲਬਾਤ ਹੁਣ ਤੱਕ ਕਿਸਾਨਾਂ ਦੀ ਹੋਈ ਹੈ ਉਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਕਿਉਂ ਇੰਨਾ ਅੜियल ਰਵਈਆ ਹੁਣ ਤੱਕ ਜਿਹੜਾ ਅਪਣਾ ਰਹੀ ਹੈ ਭਾਵੇਂ ਕਿ ਲਗਾਤਾਰ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਲਗਾਤਾਰ ਬੈਕਫੁੱਟ ਤੇ ਜਾ ਰਹੀ ਹੈ ਭਾਵੇਂ ਦੇਸ਼ ਦੇ ਕੇਂਦਰ ਸਰਕਾਰ ਕਿਉਂ ਕਹਿ ਰਹੀ ਹੈ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਾਂਗੇ ਜੋ ਤੁਸੀਂ ਮੰਗਾ ਕਈਆਂ ਅਸੀਂ ਉਹਦੇ ਵਿੱਚ ਸੂਧ ਕਰਨ ਨੂੰ ਤਿਆਰ ਹਾਂ ਐਕਚੁਅਲੀ ਗੱਲ ਕੀ ਹੈ ਕਿ ਜਦੋਂ ਤੋਂ ਮੋਦੀ ਜੀ ਬਣੇ ਆ ਉਦੋਂ ਤੋਂ ਲੈ ਕੇ ਨਾ ਹੁਣ ਤੱਕ ਇਹਨਾਂ ਨੇ ਆਪਦੇ ਮਨ ਕੀ ਬਾਤ ਕੀਤੀ ਲੋਕਾਂ ਦੀ ਸੁਣੀ ਨਹੀਂ ਚਾਹੇ ਤੁਸੀਂ ਜੀਐਸਟੀ ਦੀ ਗੱਲ ਕਰ ਲੋ ਚਾਹੇ ਤੁਸੀਂ ਕਾਲੇ ਧੰ ਦੇ ਗੱਲ ਕਰ ਲੋ ਚਾਹੇ ਨੋਟਬੰਦੀ ਦੀ ਗੱਲ ਕਰ ਲੋ ਕਿ ਜਿਹੜਾ ਕੰਮ ਕਰਨਾ ਰਾਤੀ 11 ਵਜੇ ਜਨਤਾ ਤੇ ਥੋਪ ਦੇਣਾ ਪਰ ਜਿਸ ਦਿਨ ਨੋਟ ਬਣਿਆ ਸੀਗਾ ਜਿਹੜੇ ਨੋਟਬੰਦੀ ਜਿਸ ਦਿਨ ਹੋਈ ਜਿਸ ਦਿਨ ਇਹ 2000 ਦਾ ਨੋਟ ਕੱਢਿਆ ਜਿਸ ਦਿਨ ਨੋਟਾਂ ਦੇ ਕੱਲਰ ਸੀ ਤਾਂ ਉਦੋਂ ਇੱਕ ਚੀਜ਼ ਵੇਖਿਓ ਕਿ ਮੈਨੂੰ ਅੱਜ ਵੀ ਯਾਦ ਆ ਕਿ ਜਦੋਂ ਮੈਂ ਛੋਟਾ 5 ਰੁਪਏ 5 ਰੁਪਏ ਤੇ ਉੱਥੇ ਇੱਕ ਕਿਸਾਨ ਜਿਹੜਾ ਉਹ ਟਰੈਕਟਰ ਚਲਾਉਂਦਾ ਸੀਗਾ। ਔਰ ਉਹ ਟਰੈਕਟਰ ਚਲਾਉਂਦੇ ਕਿਸਾਨ ਦੀ ਫੋਟੋ ਹੁੰਦੀ ਸੀ। ਅੱਜ ਉਹ ਟਰੈਕਟਰਾਂ ਵਾਲਾ ਕਿਸਾਨ ਜਿਹੜਾ ਉਹ ਦਿੱਲੀ ਦੇ ਬਾਡਰਾਂ ਤੇ ਲਿਆਤਾ ਇਹਨਾਂ ਨੇ ਤੇ ਨੋਟਾਂ ਤੋਂ ਚੱਕਤਾ। ਇਸ ਕਰਕੇ ਕਿ ਇਹ ਜਿਹੜਾ ਰਵਈਆ ਇਹਨਾਂ ਦੇ ਵਿੱਚ ਜੋ ਸਨ 47 ਤੋਂ ਪਹਿਲਾਂ ਸਾਡੇ ਪੁਰਖੇ ਸਾਨੂੰ ਦੱਸਦੇ ਨੇ ਕਿ ਜੋ ਸਨ 47 ਤੋਂ ਪਹਿਲਾਂ ਅੰਗਰੇਜ਼ ਕਰਦੇ ਸੀ ਕਿ ਕਿਸਾਨ ਤੋਂ ਕੰਮ ਕਰਾਉਣਾ ਮੁੜ ਕੇ ਉਹਦੇ ਤੋਂ ਡੰਡੇ ਮਾਰ ਕੇ ਫਸਲ ਆਪ ਦੀ ਮਰਜ਼ੀ ਦੇ ਰੇਟ ਨਾਲ ਖਰੀਦਣ ਦੀ ਅੱਜ ਸੇਮ ਹੀ ਇਹ ਕਾਲਾ ਕਾਨੂੰਨ ਜਿਹੜਾ ਸਾਡੇ ਤੇ ਲਾਗੂ ਹੋਣ ਜਾ ਰਿਹਾ ਹੈ ਇਹ ਸੇਮ 1947 ਤੋਂ ਪਹਿਲਾਂ ਵਾਲਾ ਜੋ ਅੰਗਰੇਜ਼ਾਂ ਵਾਲਾ ਔਰ ਮੈਂ ਕਹਾਂਗਾ ਕਿ ਅਮੀਤ ਸ਼ਾਹ ਤੇ ਨਰਿੰਦਰ ਮੋਦੀ ਦੇ ਵਿੱਚ ਜਰਨਲ ਡਾਇਰ ਵਾਲੀ ਰੂਹ ਆ ਗਈ ਹੈ ਤੇ ਛੇ ਮਾੜੀ ਮੋਟੀ ਇਹਨਾਂ ਦੇ ਵਿੱਚ ਕੋਈ ਬੰਦਿਆਂ ਵਾਲੀ ਗੱਲ ਹੁੰਦੀ ਕਿ ਮਾੜਾ ਮੋਟਾ ਵੀ ਦੇਲ ਹੁੰਦਾ ਕਿਸਾਨਾਂ ਪ੍ਰਤੀ ਦੇਸ਼ ਦੇ ਹਰੇਕ ਨਾਗਰਿਕ ਪ੍ਰਤੀ ਤਾਂ ਇਹ ਉਥੇ ਬਾਰਡਰ ਤੇ ਜਾਂਦੇ ਤੇ ਬਾਰਡਰ ਤੇ ਜਾ ਕੇ ਮੈਂ ਅੱਜ ਵੀ ਕਹਿੰਨਾ ਮੋਦੀ ਸਾਹਿਬ ਉਹਨਾਂ ਕਿਸਾਨਾਂ ਦੀ ਅੱਖ ਚ ਅੱਖ ਪਾ ਕੇ 5 ਮਿੰਟ ਬਹਿ ਜਾਓ ਤੇ ਉਸ ਤੋਂ ਬਾਅਦ ਜੋ ਤੁਹਾਡਾ ਮਨ ਕਰੇ ਉਹ ਫੈਸਲਾ ਕਰਦੇ ਜੇ ਅੜੀ ਛੱਡ ਦਿਓ ਨੁਕਸਾਨ ਦੇਸ਼ ਦਾ ਹੋ ਰਿਹਾ ਹੈ ਤੁਹਾਡਾ ਕੁਝ ਨਹੀਂ ਜਾ ਰਿਹਾਗਾ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੇ ਇੱਕ ਮੈਂ ਗੱਲ ਇਸ ਅੰਦੂਲਨ ਬਾਰੇ ਪੁੱਛੂੰਗਾ ਕਿ ਬੜੇ ਲੰਮੇ ਸਮੇਂ ਬਾਅਦ ਲੱਖਾਂ ਦੀ ਗਿਣਤੀ ਚ ਲੋਕ ਜੜਿਆ ਕਿਸੇ ਕਾਨੂੰਨ ਦੇ ਖਿਲਾਫ ਇਕੱਤਰ ਹੋਏ ਐ ਇਨਾ ਵੱਡਾ ਅੰਦੂਲਨ ਬਣ ਚੁੱਕਿਆ ਹੈ ਇਤਿਹਾਸਿਕ ਅੰਦੂਲਨ ਦੇ ਤੌਰ ਤੇ ਇਸ ਨੂੰ ਯਾਦ ਕੀਤਾ ਜਾਏਗਾ ਮੌਜੂਦਾ ਸਥਿਤੀ ਦੇ ਵਿੱਚ ਤੁਸੀਂ ਕੀ ਮੰਨਦੇ ਹੋ ਕਿ ਕੀ ਕੁਝ ਹੱਲ ਇਹਦਾ ਤਕੀ ਤੁਹਾਨੂੰ ਲੱਗਦਾ ਹੈ ਕਿ ਅੰਦੋਲਨ ਅੱਗੇ ਲੰਬਾ ਚੱਲਣ ਵਾਲਾ ਗੱਲ ਇਹ ਕਿ ਮੇਰੀ ਪਰਸੋਂ ਵੀ ਡਿਬੇਟ ਚੱਲ ਰਹੀ ਸੀ న్యూਸ 18 ਤੇ ਤੇ ਉੱਥੇ ਵੀ ਇਹਨਾਂ ਦੇ ਬੀਜੇਪੀ ਦੇ ਲੀਡਰ ਜਿਹੜੇ ਨੇ ਰਜਿੰਦਰ ਭੰਡਾਰੀ ਜੀ ਸੀ ਕਹਿੰਦੇ ਜੀ ਇਹ ਮੰਨੀ ਜਾਂਦੇ ਨਹੀਂ ਇਹਨਾਂ ਦੇ ਲੀਡਰ ਜਿਹੜੇ ਇੱਥੋਂ ਨੇ ਚਲੋ ਰਜਿੰਦਰ ਭੰਡਾਰੀ ਜੈਨੀ ਹਰਜੀਤ ਗਰੇਵਾਲੇ ਤਾਂ ਵਿਚਾਰੇ ਇਹ ਤਾਂ ਅੱਜ ਮਾੜੇ ਜੇ ਬਾਹਰ ਨਿਕਲੇ ਬਰਸਾਤੀ ਟਟੂ ਜਿਹੜੇ ਇੱਥੋਂ ਦੇ ਇਹਨਾਂ ਦੇ ਲੀਡਰ ਨੇ ਜਿਹੜੇ ਮੰਤਰੀ ਨੇ ਉਹ ਜਦੋਂ ਕਿਸਾਨਾਂ ਜਥੇ ਜਥੇਬੰਦੀਆਂ ਨਾਲ ਮੀਟਿੰਗ ਕਰਦੇ ਉਹ ਕਹਿੰਦੇ ਜੀ ਠੀਕ ਆ ਕਿ ਗਲਤ ਬਣ ਗਿਆ ਸਾਡੇ ਤੋਂ ਠੀਕ ਹੈ ਅਸੀਂ ਇਹਦੀ ਸੋਧ ਕਰ ਦਾਂਗੇ ਮੈਂ ਗੱਲ ਕਹਿਣਾ ਕਿ ਯਾਰ ਜੇ ਆਪਣੇ ਤੋਂ ਗਲਤੀ ਹੋ ਗਈ ਹੈ ਅਸੀਂ ਉਹਨੂੰ ਮੰਨਦੇ ਪਏ ਆ ਗਲਤੀ ਹੋ ਗਈ ਹੈ ਤੇ ਫਿਰ ਇਹ ਹੈ ਕਿ ਅੱਜ ਤੁਸੀਂ ਮੈਨੂੰ ਦੱਸੋ ਕਿ ਜਿੰਨੇ ਦੇਸ਼ ਦੇ ਕਿਸਾਨ ਆ ਜਿੰਨੇ ਦੇਸ਼ ਦੇ ਲੋਕ ਆ ਅੱਜ ਜਿਹੜੇ ਦਿੱਲੀ ਦੇ ਬਾਰਡਰਾਂ ਤੇ ਆਣ ਕੇ ਬੈਠੇ ਆ ਕੋਈ ਕਿਸੇ ਨੇ ਕਿਸੇ ਨੂੰ ਚਿੱਠੀ ਭਾਈ ਕਿਸੇ ਨੂੰ ਫੋਨ ਕੀਤਾ ਕਿ ਤੂੰ ਆ ਜਾ ਹਰੇਕ ਬੰਦੇ ਦੇ ਦਿਲ ਨੇ ਆਵਾਜ਼ ਦਿੱਤੀ ਤੇ ਉਹ ਆਪ ਦੇ ਦਿਲ ਦੀ ਆਵਾਜ਼ ਸੁਣ ਕੇ ਅੱਜ ਸਾਡੀਆਂ 80 80 85 85 ਸਾਲ ਦੀਆਂ ਮਾਵਾ ਜਿਹੜੀਆਂ ਦਾਦੀਆਂ ਸਾਡੀਆਂ ਉਹ ਬਜ਼ੁਰਗ ਜਿਹੜੇ ਜਿੰਨਾ ਜਿਹੜੇ ਆਪ ਦਾ ਆਪ ਲੈ ਕੇ ਚੱਲ ਨਹੀਂ ਸਕਦੇ ਉਹ ਵੀ ਖੁੰਡੀਆਂ ਲੈ ਕੇ ਵਾਕਰ ਲੈ ਕੇ ਇੱਥੇ ਪਹੁੰਚ ਗਏ ਜਦੋਂ ਕਿ ਐਸ ਉਮਰ ਦੇ ਵਿੱਚ ਕਿੱਥੇ ਪੋਤੇ ਨੇ ਕਿੱਥੇ ਬੱਚਿਆ ਨੇ ਉਹਨਾਂ ਦੀ ਸੇਵਾ ਕਰਨੀ ਸੀ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ ਮੈਂ 4 ਦਿਨ ਹੋ ਗਏ ਮੈਂ ਸਿੰਘੂ ਬਾਰਡਰ ਗਿਆ ਮੈਂ ਇੱਕ ਬਜ਼ੁਰਗਾ ਨੂੰ ਪੁੱਛਿਆ ਮੈਂ ਕਿਹਾ ਬਜ਼ੁਰਗ ਕੀ ਗੱਲ ਤੁਸੀਂ ਕਿਹਾਏ ਬੱਚੇ ਕਿਉਂ ਨਹੀਂ ਆਏ ਉਹ ਕਹਿੰਦਾ ਮੇਰੀ ਤਾਂ ਕਹਿੰਦੇ ਬੀਤ ਗਈ ਤੇ ਕਹਿੰਦੇ ਗਾਂ ਜਿਹੜੀ ਆਉਣ ਵਾਲੀ ਆ ਕਹਿੰਦੇ ਜੇ ਮੈਂ ਅੱਜ ਨਾ ਨਾ ਕਹਿੰਦੇ ਮੈਂ ਆਵਾਜ਼ ਉਠਾਈ ਤੇ ਕਹਿੰਦੇ ਆਉਣ ਵਾਲੀਆਂ ਪੀੜੀਆਂ ਖਤਮ ਹੋ ਜਾਣਗੀਆਂ ਜੋ ਹਾਲਾਤ ਚੱਲ ਪਏ ਜੀਨਾਬ ਸਾਹਿਬ ਇੱਕ ਸਵਾਲ ਮੈਂ ਥੋੜਾ ਜਿਹਾ ਸਿਆਸੀ ਤੌਰ ਤੇ ਪੁੱਛੂੰਗਾ ਇਲਜ਼ਾਮ ਵੀ ਲੱਗਦੇ ਆ ਤੁਹਾਡੇ ਸਿਆਸੀ ਵਿਰੋਧੀ ਵੀ ਸਵਾਲ ਚੁੱਕਦੇ ਆ ਕਿ ਕੈਪਟਨ ਸਾਹਿਬ ਆਏ ਸੀ ਅਮਿਤ ਸ਼ਾਹ ਨੂੰ ਮਿਲ ਕੇ ਕੱਲ ਭਗਵਾਨਤਵਰਨ ਦੀ ਪ੍ਰੈਸ ਕਾਨਫਰੰਸ ਉਹ ਕਹਿੰਦੇ ਉੱਡਦੇ ਉੱਡਦੇ ਆਏ ਕੈਪਟਨ ਸਾਹਿਬ ਅਮਿਤ ਸ਼ਾਹ ਜੀ ਨੂੰ ਮਿਲੇ ਗੱਲਬਾਤ ਕਰਕੇ ਉੱਥੋਂ ਹੀ ਮੁੜ ਗਏ ਕਿਸਾਨਾਂ ਕੋਲ ਹੀ ਗਏ ਕਿਸਾਨਾਂ ਕੋਲ ਜਾਣਾ ਚਾਹੀਦਾ ਸੀ ਕਿਸਾਨਾਂ ਨਾਲ ਗੱਲ ਗੱਲ ਹੈ ਯਾਰ ਤੁਸੀਂ ਮੈਂ ਤਾਂ ਕਦੀ ਜਿਹੜੇ ਪਿੰਡ ਨਹੀਂ ਜਾਣਾ ਹੁੰਦਾ ਕਦੀ ਰਾਹ ਹੀ ਨਹੀਂ ਪੁੱਛਿਆ ਕਿਉਂਕਿ ਜੇ ਤਾਂ ਤੁਸੀਂ ਗੱਲ ਕਰਦੇ ਕਿਸੇ ਸੂਫੀ ਬੰਦੇ ਦੀ ਤੇ ਮੈਂ ਕਹਿੰਦਾ ਠੀਕ ਆ ਯਾਰ ਉਹ ਸਟੈਂਡ ਵਾਲਾ ਬੰਦਾ ਹੈ ਤੇ ਉਹਦੀ ਆਪਾਂ ਗੱਲ ਵੀ ਕਰਦੇ ਅੱਜ ਦੇਸ਼ ਦਾ ਕਿਸਾਨ ਜਿਹੜਾ ਉਹ ਬੜੀ ਚੰਗੀ ਤਰ੍ਹਾਂ ਜਾਂਦਾ ਔਰ ਕੱਲਾ ਪੰਜਾਬ ਦੀ ਗੱਲ ਨਹੀਂ ਮੈਂ ਕਰਦਾ ਪੂਰੇ ਦੇਸ਼ ਦੇ ਕਿਸਾਨਾਂ ਦੀ ਗੱਲ ਕਰਦਾ ਦੋ ਮਹੀਨੇ ਧਰਨੇ ਲੱਗੇ ਰਹੇ ਜੋ ਕਿਸਾਨ ਜਥੇਬੰਦੀਆਂ ਨਾਲ ਮੀਟਿੰਗਾਂ ਜਿੰਨੀਆਂ ਕਰਨੀਆਂ ਸੀ ਜਿੰਦੇ ਵਿੱਚ ਕੀ ਸਾਡੀ ਇੱਕ ਬਕਾਇਦਾ ਕਮੇਟੀ ਬਣਾਈ ਗਈ ਕੈਪਟਨ ਸਾਹਿਬ ਵੱਲੋਂ ਜਿੰਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜਿੰਦੇ ਵਿੱਚ ਤ੍ਰਿਪਤਰਜਿੰਦਰ ਸਿੰਘ ਬਾਜਵਾ ਤੇ ਸੁਖ ਸਰਕਾਰ ਗਿਆਜੀ ਤੇ ਕੈਪਟਨ ਸੰਧੂ ਇਹ ਕਿਸਾਨਾਂ ਨਾਲ ਤਾਲਮੇਲ ਕਮੇਟੀ ਦੇ ਵਿੱਚ ਰੋਜ਼ ਮੀਟਿੰਗਾਂ ਕਰਦੇ ਸੀ ਮੀਟਿੰਗਾਂ ਕਰਨ ਤੋਂ ਬਾਅਦ ਜਦੋਂ ਕਿਸਾਨਾਂ ਨੇ ਇਹ ਗੱਲ ਕੀਤੀ ਕਿ ਤੁਸੀਂ ਵਿਧਾਨ ਸਭਾ ਸੈਸ਼ਨ ਬੁਲਾਓ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਵੀ ਰੌਲਾ ਪਾਉਣਾ ਸ਼ੁਰੂ ਕਰਤਾ ਕਿ ਤੁਸੀਂ ਵਿਧਾਨ ਸਭਾ ਸੈਸ਼ਨ ਬੁਲਾਓ ਸੈਸ਼ਨ ਬੁਲਾਇਆ ਸੈਸ਼ਨ ਬੁਲਾ ਕੇ ਅਸੀਂ ਤਾਂ ਉਹ ਬਿੱਲ ਜਿਹੜੇ ਰੱਦੀ ਦੀ ਟੋਕਰੀ ਚ ਪਾਤੇ ਔਰ ਇਹ ਜਿਹੜੇ ਕੇਜਰੀਵਾਲ ਸਾਹਿਬ ਨੇ ਉਹ ਬਿੱਲ ਪਾਸ ਕਰਤੇ ਔਰ ਅੱਜ ਵੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ 8 ਤਰੀਕ ਨੂੰ ਪੂਰਾ ਦੇਸ਼ ਬੰਦ ਸੀ ਔਰ 8 ਤਰੀਕ ਨੂੰ ਤੁਸੀਂ ਮੀਡੀਆ ਨੇ ਵਿਖਾਇਆ ਕਿ ਦਿੱਲੀ ਖੁੱਲੀ ਹੈ ਫਿਰ ਤੁਸੀਂ ਮੈਨੂੰ ਦੱਸੋ ਕਿ ਅਮਿਤ ਸ਼ਾਹ ਨਾਲ ਗੱਲ ਕੇਜਰੀਵਾਲ ਦੀ ਹੈ ਜਾਂ ਕਿਨਾਂ ਦੀ ਹੈ ਠੀਕ ਹੈ ਕਿ ਉਹ ਕੈਪਟਨ ਸਾਹਿਬ ਸੀਐਮ ਸਾਹਿਬ ਨੇ ਉਹਨਾਂ ਨੇ ਆਪਦੇ ਪੰਜਾਬ ਨੂੰ ਚਲਾਉਣ ਲਈ ਉਹਨਾਂ ਨੂੰ ਮੀਟਿੰਗਾਂ ਕਰਨੀਆਂ ਪੈਣਗੀਆਂ ਔਰ ਮੈਂ ਇਹ ਇਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਜੀ ਜੇ ਤੁਸੀਂ ਕਹਿੰਦੇ ਹੋ ਕਿ ਅਸੀਂ ਵਿਖਾਵਾ ਕਰਦੇ ਹਾਂ ਤੇ ਸਾਡੇ ਨਾਲ ਆਣ ਕੇ ਦੋ ਦਿਨ ਇੱਥੇ ਲੰਮੇ ਤਾਂ ਪਾਓ ਅਸੀਂ ਅੱਜ ਭੁੱਖ ਹੜਤਾਲ ਤੇ ਬੈਠੇ ਆਂ ਕੇਜਰੀਵਾਲ ਨੇ ਕੱਲ ਬਿਆਨ ਦਿੱਤਾ ਕਹਿੰਦਾ ਜੀ ਆਕਾਂਤਵਾਸ ਕਹਿੰਦਾ ਮੈਂ ਘਰੇ ਬਹਿ ਕੇ ਕਹਿੰਦਾ ਘਰੇ ਬਹਿ ਕੇ ਕਿਹੜੀ ਭੁੱਖ ਹੜਤਾਲ ਹੁੰਦੀ ਬਈ ਭੁਖੜ ਹੜਤਾਲ ਕਰਨੀ ਹੈ ਲੋਕਾਂ ਦੀ ਕਚਹਿਰੀ ਚ ਆਓ ਮੈਂ ਨਾ ਕੈਪਟਨ ਸਾਹਿਬ ਨੂੰ ਨਹੀਂ ਆਉਣਾ ਚਾਹੀਦਾ ਲੋਕਾਂ ਕਚਹਿਰੀ ਚ ਕੈਪਟਨ ਸਾਹਿਬ ਨੇ ਤਾਂ ਜਿੰਨੀ ਕੁਰਬਾਨੀ ਦਿੱਤੀ ਵੀਰੇ ਕੋਈ ਦੇ ਹੀ ਨਹੀਂ ਸਕਦਾ ਕੈਪਟਨ ਸਾਹਿਬ ਨੇ ਜੇ ਪਾਣੀ ਦੀ ਗੱਲ ਆਈ ਤਾਂ ਸਟੈਂਡ ਦਿਆ ਜੇ ਹੁਣ ਕਿਸਾਨੀ ਦੀ ਗੱਲ ਆਈ ਤਾਂ ਲਿਆ ਉਹਨਾਂ ਨੇ ਕੈਪਟਨ ਸਾਹਿਬ ਨੇ ਤਾਂ ਅੱਜ ਵੀ ਕੈਪਟਨ ਸਾਹਿਬ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਕਿ ਇਹ ਗੱਲ ਕਰਨ ਇਹ ਬਿੱਲ ਰੱਦ ਕਰਨ ਉਹ ਕਹਿੰਦੇ ਕਿ ਜੋ ਕਹਿਣਗੇ ਉਹ ਕਰਨ ਨੂੰ ਤਿਆਰਾਂ ਜੋ ਇਹ ਕਹਿ ਦੇਣਗੇ ਉਹ ਕਹਿੰਦੇ ਮੈਂ ਆਪਦਾ ਕਿਸਾਨ ਬਚਾਉਣਾ ਹੈ ਉਹਨਾਂ ਨੂੰ ਸਰਕਾਰ ਦੀ ਕੋਈ ਪਰਵਾਹ ਨਹੀਂ ਔਰ ਇਹ ਸਰ ਵਖਾਵੇ ਕਰ ਰਹੇ ਨੇ ਮੈਂ ਕੇਜਰੀਆਲ ਸਾਹਿਬ ਨੂੰ ਕਹਿਣਾ ਚਾਹੁੰਦਾ ਕੇਜਰੀਆਲ ਸਾਹਿਬ ਪਹਿਲਾਂ ਤਾਂ ਮੈਨੂੰ ਅੱਜ ਵਿਖਾਓ ਕਿ ਕਿੰਨੇ ਐਮਐਲਏ ਤੁਹਾਡੇ ਭੁੱਖ ਹੜਤਾਲ ਤੇ ਬੈਠੇ ਜੇ ਨਹੀਂ ਕੇਜਰੀਆਲ ਸਾਹਿਬ ਤੁਸੀਂ ਅੱਜ ਕਹਤਾ ਕਿ ਮੈਂ ਘਰੇ ਭਾਵਾਂਗਾ ਮੈਂ ਅੱਜ ਭੁੱਖ ਹੜਤਾਲ ਤੇ ਸਾਨੂੰ ਅੱਜ 8 ਦਿਨ ਹੋ ਗਏ ਮੈਂ ਜੰਤਰ ਮੰਤਰ ਤੇ ਬੈਠਾ ਹਾਂ ਔਰ ਅੱਜ ਭੁੱਖੜਤਾ ਰੱਖੀ ਕਿਉਂਕਿ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਤੇ ਮੈਂ ਇੱਕ ਕਿਸਾਨ ਦਾ ਪੁੱਤਰ ਹੋਣ ਦੇ ਨਾਤੇ ਮੈਂ ਭੁੱਖ ਹੜਤਾਲ ਤੇ ਬੈਠਾ ਹਾਂ ਪਰ ਇਹ ਥੋੜਾ ਸਮਾਂ ਘਟਾ ਮੈਂ ਕਾਕੀ ਸਰ ਪੁੱਛੂੰਗਾ ਕੀ ਹਾਲ ਦੇਖ ਦਿਓ ਮਸਲੇ ਦਾ ਇਸ ਵੇਲੇ ਲੱਗਦਾ ਹੈ ਕਿ ਕੇਂਦਰ ਸਰਕਾਰ ਮੰਨੇਗੀ ਜਾਂ ਕਿਸਾਨਾਂ ਨੂੰ ਹੋਰ ਲੜਾਈ ਲੰਬੀ ਲੜਨੀ ਪਏਗੀ ਗੱਲ ਇਹ ਆ ਕਿ ਇਹ ਇੱਕ ਅੰਦੋਲਨ ਜਿਹੜਾ ਹੈ ਜਿਹੜਾ ਅੰਦੋਲਨ ਹੈ ਅੰਦੋਲਨ ਕੋਈ ਵੀ ਕਦੀ ਵਾਪਸ ਨਹੀਂ ਮੁੜਿਆਗਾ ਹਮੇਸ਼ਾ ਸਰਕਾਰਾਂ ਨੂੰ ਝੁਕਣਾ ਪੈਂਦਾ ਇਹਦੇ ਵਿੱਚ ਇਹ ਆ ਕਿ ਮੋਦੀ ਸਾਹਿਬ ਨੂੰ ਔਰ ਬੀਜੇਪੀ ਸਰਕਾਰ ਨੂੰ ਆਪਦੀ ਜਿੱਦ ਛੱਡਣੀ ਪਊਗੀ ਔਰ ਇਹ ਬਿੱਲ ਜਿਹੜੇ ਰੱਦ ਕਰਨੇ ਪੈਣਗੇ ਇਹ ਹੀ ਇਹਦਾ ਹੱਲਾ ਹੋਰ ਕੋਈ ਆ ਨਹੀਂ ਬਹੁਤ ਧੰਨਵਾਦ ਜੀ ਰਦਰ ਸਾਹਿਬ ਸੋ ਇਸੇ ਨਾਲ ਹੀ ਸਵਾਲ ਲਗਾਤਾਰ ਹੀ ਉੱਠ ਰਿਹਾ ਹੈ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਕਿਸਾਨਾਂ ਦਾ ਅੰਦੋਲਨ ਜਿਹੜਾ ਹੈ ਉਹ ਉਸੇ ਤਰੀਕੇ ਦੇ ਨਾਲ ਜਾਰੀ ਹੈ ਕਿਸਾਨ ਆਪਣੀ ਮੰਗ ਤੇ ਬਿਜੇਦੇ ਨਹੀਂ ਕਿ ਕੇਂਦਰ ਸਰਕਾਰ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰੇ ਟੂ ਦਾ ਪੁਆਇੰਟ ਲਗਾਤਾਰ ਜਾਰੀ ਰਹੇਗਾ ਇੱਕ ਛੋਟਾ ਜਿਹਾ ਬ੍ਰੇਕ ਲਈ ਰੁਕਾ ਕਿੱਥੇ ਰੁਕਾ ਦ੍ਰਿਸ਼ਟਵਾਰ 2 ਦਾ ਪੁਆਇੰਟ ਵਿੱਚ ਤੁਹਾਡਾ ਸਵਾਗਤ ਹੈ ਜੀ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ ਤੇ ਇਸੇ ਵਿਚਾਲੇ ਸਰਕਾਰ ਦੇ ਵੱਲੋਂ ਵੀ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ ਸਰਕਾਰ ਲਗਾਤਾਰ ਇਸ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ ਤੇ ਇਸ ਅੰਦੋਲਨ ਨੂੰ ਕਿਸ ਤਰੀਕੇ ਖਤਮ ਕੀਤਾ ਜਾਵੇ ਉਸ ਨੂੰ ਲੈ ਕੇ ਸਰਕਾਰ ਦੇ ਵਿੱਚ ਚਰਚਾ ਲਗਾਤਾਰ ਜਾਰੀ ਹੈ ਸੜਨਾ ਕੇਂਦਰੀ ਰਾਜ ਮੰਤਰੀ ਸੋਮਪrakash ਜੀ ਮੌਜੂਦ ਨੇ ਜੋ ਕਿ ਲਗਾਤਾਰ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗਾਂ ਵੀ ਕਰ ਰਹੇ ਨੇ ਬੀਤੀ ਕੱਲ ਵੀ ਉਹਨਾਂ ਨੇ ਇੱਕ اہم ਮੀਟਿੰਗ ਕੀਤੀ ਉਹਨਾਂ ਕੋਲੋਂ ਜਾਣਦੇ ਹਾਂ ਕਿ ਕੀ ਕੁਝ ਚੱਲ ਰਿਹਾ ਹੈ ਸਰਕਾਰ ਦੇ ਵਿੱਚ ਸਰ ਕੀ ਕੁਝ ਗਤੀਵਿਧੀ ਦੇਖੋ ਜਿਹੜੇ ਕਿਸਾਨ ਯੂਨੀਅਨ ਦੀ ਕੱਤੀ ਕਿਸਾਨ ਯੂਨੀਅਨ ਪੰਜਾਬ ਚ ਤੇ ਬਾਕੀ ਹੋਰ ਦੂਸਰੇ ਸੂਬਿਆਂ ਦੀਆਂ ਯੂਨੀਅਨਸ ਵੀ ਇਹਨਾਂ ਨਾਲ ਲਗਾਤਾਰ ਬੀਟਕਾ ਪੰਜ ਹੋਈਆਂ ਸੀ ਔਰ ਬਹੁਤ ਡਿਸਕਸ਼ਨ ਵਿਸਤਾਰ ਨਾਲ ਹੋਈ ਸੀ ਤੇ ਚੰਗੇ ਮਾਹੌਲ ਇਸ ਗੱਲਬਾਤ ਹੋਈ ਸੀ ਲੱਗਦਾ ਸੀ ਜਿਹੜੀ 3 ਤਰੀਕ ਨੂੰ ਮੀਟਿੰਗ ਹੋਈ ਹੈ ਵੀ ਇਹ ਮਸਲਾ ਸੋਲਵ ਹੋ ਜਾਏਗਾ ਇਹਨਾਂ ਨਾਲ ਡਿਸਕਸ ਕਰਕੇ ਅਸੀਂ ਅਨਾਉਂਸ ਕੀਤਾ ਸੀ ਕਿ ਇਹ ਮੰਗਾ ਸੀ ਮਨਨ ਲਈ ਤਿਆਰ ਆ ਇਸ ਕਰਕੇ ਨਹੀਂ ਕਿ ਕਾਨੂੰਨ ਚ ਕੋ ਨੁਕਸਾ ਹੈ ਕਾਨੂੰਨ ਕਿਸਾਨ ਦੇ ਭਲੇ ਲਈ ਬਣਾਏ ਗਏ ਸੀ ਕਿਸਾਨ ਦੀ ਆਮਦਨ ਵਧਾਉਣ ਲਈ ਕੀਤੇ ਗਏ ਸੀ ਔਰ ਦੇਸ਼ ਦੇ ਹਿੱਤ ਵਿੱਚ ਜੋ ਸਾਡਾ ਚੋਣ ਮੈਨੀਫੈਸਟੋ ਸੀ ਉਹ ਉਹਦੇ ਲਈ ਬਣਾਏ ਗਏ ਸੀ ਔਰ ਕਾਂਗਰਸ ਦਾ ਵੀ ਚੋਣ ਮੈਨੀਫੈਸਟੋ ਹੈ ਸੀ ਔਰ ਜਦੋਂ ਇਹ ਬੇਲਿਆਂ ਦੇ ਕਿਸਾਨ ਯੂਨੀਅਨਸ ਨੇ ਇਹਦਾ ਪੰਜਾਬ ਚ ਵਿਰੋਧ ਕੀਤਾ ਅਸੀਂ ਉਹਨਾਂ ਨਾਲ ਗੱਲਬਾਤ ਦੇ ਲੰਬੇ ਦੌਰ ਕੀਤੇ ਔਰ ਜਿਹੜੀਆਂ ਵੀ ਮੰਗਾਂ ਉਹਨਾਂ ਨੇ ਕਹੀਆਂ ਅਸੀਂ ਉਹ ਸਾਰੀਆਂ ਮੰਨਣ ਲਈ ਅਨਾਉਂਸ ਕੀਤਾ ਚਾਹੇ ਮੰਡੀ ਦੀ ਗੱਲ ਹੋਵੇ ਜਾਂ ਕੋਰਟ ਸਿਸਟਮ ਦੀ ਹੋਵੇ ਕੋਰਟ ਵਿੱਚ ਜਾ ਕੇ ਸਿਵਲ ਕੋਰਟ ਜਾਣ ਦੀ ਗੱਲ ਹੋਵੇ ਜਾਂ ਜਿਹੜੇ ਬਾਹਰੋਂ ਪਰਚੇਜ਼ ਕਰ ਰਹੇ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਨ ਦੀ ਗੱਲ ਹੋਵੇ ਹਰ ਤਰ੍ਹਾਂ ਦੀ ਜੋ ਵੀ ਦੌੜ ਤੋਖਲ ਉਹਨਾਂ ਨੇ ਪ੍ਰਗਟ ਕੀਤਾ ਉਹਦਾ ਅਸੀਂ ਹੱਲ ਕੱਢਿਆ ਔਰ ਅਨਾਉਂਸ ਕੀਤਾ ਲੱਗਦਾ ਤਾਂ 5 ਤਰੀਕ ਨੂੰ ਇਹ ਹਾਲ ਇਹ ਸਾਰੀ ਗੱਲ ਅਨਾਉਂਸ ਹੋ ਜਾਏਗੀ ਖਤਮ ਹੋ ਜਾਏਗੀ ਜਦੋਂ ਜਾਏ ਪਰ 5 ਤਰੀਕ ਨੂੰ ਕਿਸਾਨ ਜੁਗੀਆਂ ਨੇ ਜਿੱਦ ਕੀਤੀ ਕਿ ਅਸੀਂ ਇਹਦਾ ਹੀ ਸਾਰਾ ਐਕਟ ਖਤਮ ਕਰਾਉਣਾ ਹੈ ਜਦੋਂ ਉਹਨਾਂ ਨਾਲ 3 ਤਰੀਕ ਨੂੰ ਡਿਸਕਸ਼ਨ ਪੂਰੀ ਚੰਗੀ ਤਰ੍ਹਾਂ ਹੋ ਗਈ ਸੀ ਤਾਂ ਜ਼ਿੰਮੇਵਾਰੀ ਤਾਂ ਸਾਰਿਆਂ ਦੀ ਬਣਦੀ ਹੈ ਕਿ ਆਪਾਂ ਜਿੱਦ ਖਾਤਰ ਜਿੱਦ ਨਾ ਕਰੀਏ ਜੀ ਜੇ ਤੁਹਾਡੀਆਂ ਮੰਗਾਂ ਸਾਰੀਆਂ ਮੰਨੀਆਂ ਗਈਆਂ ਬਾਕੀ ਕਾਨੂੰਨ ਇਹ ਨਹੀਂ ਇਦਾਂ ਹੋਣਾ ਚਾਹੀਦਾ ਇਸ ਤਰ੍ਹਾਂ ਹੋਣਾ ਚਾਹੀਦਾ ਕਰਨ ਦੀ ਗੱਲ ਨਹੀਂ ਬਣਦੀ ਠੀਕ ਹੈ ਜੀ ਮੈਂ ਇੱਕ ਛੋਟਾ ਜਿਹਾ ਸਵਾਲ ਇਹਦੇ ਵਿੱਚ ਜੋੜਨਾ ਚਾਹੂੰਗਾ ਕਿ ਤੁਸੀਂ ਕਹਿ ਰਹੇ ਹੋ ਕਿ ਜੋ ਮੰਗਾ ਉਹਨਾਂ ਨੇ ਰੱਖਿਆ ਉਹ ਸਰਕਾਰ ਨੇ ਮੰਨਿਆ ਤੇ ਉਹਨਾਂ ਨੂੰ ਪ੍ਰਪੋਜ਼ਲ ਭੇਜਿਆ ਪਰ ਉਹਨਾਂ ਨੇ ਰਿਜੈਕਟ ਕਰ ਦਿੱਤਾ ਕਿਸਾਨ ਆਗੂ ਇਹ ਕਹਿ ਰਹੇ ਨੇ ਕਿ ਅਸੀਂ ਜੋ ਸਰਕਾਰ ਦੀਆਂ ਜੋ ਸਰਕਾਰ ਨੇ ਸੌਦਾ ਕਰਨ ਦੀ ਪੇਸ਼ਕਸ਼ ਕੀਤੀ ਹੈ ਉਹ ਅਸੀਂ ਸਰਕਾਰ ਨੂੰ ਕਮੀਆਂ ਗਿਣਵਾਈਆਂ ਸੀ ਤੇ ਸਰਕਾਰ ਜੇ ਚਾਵੇ ਤਾਂ ਅਸੀਂ ਮੀਟਿੰਗ ਕਰਨ ਨੂੰ ਤਿਆਰ ਹਾਂ ਤੇ ਹੋਰ ਕਮੀਆਂ ਗਿਣਵਾ ਸਕਦੇ ਹਾਂ ਅਸੀਂ ਦੇਖੋ ਸਰਕਾਰ ਨੇ ਇਹ ਬਿੱਲ ਕਿਸਾਨਾਂ ਦੇ ਭਲੇ ਲਈ ਲੈ ਕੇ ਆਂਦੇ ਸੀ ਕਿਸਾਨ ਯੂਨੀయన్స్ ਵੀ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਹੋਣੀ ਹੈ ਆਪਣੀ ਅਪਰੋਚ ਦਾ ਫਰਕ ਹੋ ਸਕਦਾ ਹੈ ਅਸੀਂ ਇੱਕ ਗੱਲ ਨੂੰ ਕਿਸੇ ਨਜ਼ਰੀਏ ਨਾਲ ਦੇਖਦੇ ਆ ਉਹ ਹੋਰ ਨਜ਼ਰੀਏ ਨਾਲ ਦੇਖਦੇ ਆ ਇਹ ਫਰਕ ਹੋ ਸਕਦਾ ਨੀਤ ਵਿੱਚ ਮੈਨੂੰ ਸਮਝਦਾ ਕਿਸਾਨ ਯੂਨੀਅਨ ਦੇ ਨੀਤੀ ਵਿੱਚ ਕੋਈ ਫਰਕ ਹੈ ਜਾਂ ਸਰਕਾਰ ਦੀ ਨੀਤੀ ਵਿੱਚ ਫਰਕ ਹੈ ਨਿਸ਼ਾਨਾ ਇੱਕੋ ਹੀ ਹੈ ਸਾਰਿਆਂ ਦਾ ਕਿਸਾਨ ਦਾ ਭਲਾ ਕਰਨਾ ਇਸੇ ਕਰਕੇ ਬੇ ਕਿਸਾਨ ਨਰਾਜ਼ ਨਾ ਹੋਣ ਪੰਜਾਬ ਦੇ ਆਂਦਾਤਾ ਨੇ ਪੰਜਾਬ ਦੀ ਸੇਵਾ ਕਰਦੇ ਨੇ ਲੋਕਾਂ ਦਾ ਟਿਕਟ ਪੜਦੇ ਨੇ ਉਹ ਇਸ ਤਕਲੀਫ ਚਨਾਰ ਬੈਠਣੇ ਤੇ ਲੰਬੇ ਸਮੇਂ ਤੋਂ ਸਰਦੀ ਚਿੱਤੇ ਦਾ ਮੈਟਣ ਇਹਦਾ ਹੱਲ ਕੱਢਣ ਲਈ ਸਰਕਾਰ ਨੇ ਉਹ ਜਿਹੜੀਆਂ ਤਰਵੀਮਾਂ ਲਿਆਉਣ ਦਾ ਫੈਸਲਾ ਕੀਤਾ ਸੀ ਔਰ ਕੱਲੇ ਐਕਟਰੀਏ ਤੋਂ ਬਿਨਾ ਵੀ ਬਿਜਲੀ ਬਿੱਲ ਦੀ ਗੱਲ ਕੀਤੀ ਉਹਨਾਂ ਦੇ ਪੁਲਿਸ ਵਾਲੇ ਬਿੱਲ ਦੀ ਗੱਲ ਕੀਤੀ ਪਰਾਲੀ ਸਾੜਨ ਦੀ ਉਹ ਵੀ ਸਰਕਾਰ ਨੇ ਕਿਹਾ ਸੀ ਤੁਹਾਡੀ ਜਿਹੜੀ ਮੰਗਾ ਮੰਨਣ ਨੂੰ ਤਿਆਰ ਹੈ ਔਰ ਉਹ ਤੋਂ ਬਾਅਦ ਐਜੀਟੇਸ਼ਨ ਨੂੰ ਜਾਰੀ ਕਰ ਰੱਖਣਾ ਬਹੁਤ ਚਿੰਤਾ ਦਾ ਵਿਸ਼ਾ ਹੀ ਕਹਿ ਸਕਦਾ ਤੁਸੀਂ ਇਹਦੇ ਵਿੱਚ ਕਮੀ ਕਿੱਥੇ ਵੇਖਦੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਤਿੰਨ ਤਰੀਕ ਨੂੰ ਪੂਰੀ ਗੱਲਬਾਤ ਹੋ ਗਈ ਸੀ ਕਿਸਾਨਾਂ ਨਾਲ ਅੰਦਰ ਮੀਟਿੰਗ ਵਿੱਚ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਹਿਮਤੀ ਵੀ ਬਣ ਗਈ ਸੀ ਬਹੁਤ ਸਾਰੀਆਂ ਚੀਜ਼ਾਂ ਤੇ ਫਿਰ ਇਹਦੇ ਵਿੱਚ ਕਿਸਾਨਾਂ ਦਾ ਸਟੈਂਡ ਜਿਹੜਾ ਹੈ ਉਹ ਬਾਅਦ ਵਿੱਚ ਕਿਸਾਨਾਂ ਨੇ ਬਾਹਰ ਆ ਕੇ ਇਸ ਤਰੀਕੇ ਕਿਉਂ ਕਿਹਾ ਕਿ ਅਸੀਂ ਤਾਂ ਪੂਰੇ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਹਾਂ ਤੇ ਅਸੀਂ ਸ਼ੁਰੂ ਤੋਂ ਸਰਕਾਰ ਨੂੰ ਮੈਂ ਇੱਕ ਵੀ ਪੁੱਛਣਾ ਚਾਹੁੰਗਾ ਕਿ ਜਦੋਂ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਕੀ ਕਿਸਾਨਾਂ ਨੇ ਉਦੋਂ ਇਹ ਕਿਹਾ ਸੀ ਕਿ ਅਸੀਂ ਮੰਗਾਂ ਰੱਖ ਰਹੇ ਇਹਨਾਂ ਨੂੰ ਸੋਧ ਦਿਓ ਤੇ ਅਸੀਂ ਖਤਮ ਕਰ ਦਾਂਗੇ ਜਾਂ ਉਹਨਾਂ ਨੇ ਇਹ ਕਿਹਾ ਸੀ ਕਿ ਪੂਰਾ ਕਾਨੂੰਨ ਰੱ ਇੱਕ ਸਟੇਜ ਤੇ ਉਹਨਾਂ ਨੇ ਇਹ ਕਿਹਾ ਸੀ ਤਿੰਨੇ ਕਾਨੂੰਨ ਰੱਖ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਐਮਐਸਪੀ ਦਾ ਸਾਨੂੰ ਦੱਸੋ ਜੀ ਕੀ ਕਰੋਗੇ ਪੋਲੂਸ਼ਨ ਦਾ ਕੀ ਕਰੋਗੇ ਇਹ ਸਟੇਜ ਸਟੇਜ ਤੇ ਵੀ ਕਿਹਾ ਡਿਫਰੈਂਟ ਡਿਫਰੈਂਟ ਗੱਲ ਹੁੰਦੀ ਰਹੀ ਖੁੱਲ ਕੇ ਗੱਲ ਉਹਨਾਂ ਨੇ ਆਪਣੇ ਮਨ ਦੀ ਗੱਲ ਕਹੀ ਹੈ ਔਰ ਸਰਕਾਰ ਨੇ ਆਪਣੀ ਗੱਲ ਵੀ ਦੱਸੀ ਹੈ ਇੱਕ ਵਾਰੀ ਇਹ ਵੀ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਪਤਾ ਹੈ ਸਰਕਾਰ ਦੀ ਮਜਬੂਰੀ ਹੈ ਸਾਰੇ ਐਕਟ ਨੂੰ ਵਾਪਸ ਲੈਣਾ ਔਕਾ ਹੁੰਦਾ ਹੈ ਇੰਜ ਕਰ ਲਓ ਦਿਸ ਗਏ ਕੋਈ ਇਲਜ਼ਾਮ ਨਹੀਂ ਲਾ ਰਿਹਾ ਸੱਚ ਵਿੱਚ ਜਿਹੜੀਆਂ ਗੱਲਾਂ اندر ਹੋਈਆਂ ਜਿਸ ਕਸ਼ਸ਼ ਜਿਹੜੇ ਮੇਬਰ ਲੀਡਰ ਨੇ ਉਹਨਾਂ ਨੇ ਕਿਹਾ ਜੀ ਸਮਝਦੇ ਆ ਜਿਹੜੀ ਤੁਹਾਡੀ ਮਜ਼ਦੂਰੀ ਵੀ ਸਮਝਦੇ ਆ ਜਦੋਂ ਇਹਨਾਂ ਕੁਝ ਹੋ ਗਿਆ ਲੱਗਦਾ ਸੀ ਵੀ ਅਸੀਂ ਬਹੁਤ ਅੱਛੇ ਮੋਹ ਚ ਗੱਲਬਾਤ ਕਰ ਰਹੇ ਆ ਫਿਰ ਕਿਸਾਨਾਂ ਨੂੰ ਇਸ ਡਿਫਿਕਲਟੀ ਚ ਪਾ ਕੇ ਰੱਖਣਾ ਹਜ਼ਾਰਾਂ ਲੋਕ ਇੱਥੇ ਬੈਠੇ ਨੇ ਆਪਾਂ ਦੇਸ਼ ਨੂੰ ਲੈ ਕੇ ਕਿੱਧਰ ਜਾਣਾ ਆਪਾਂ ਵਿਕਾਸ ਦੀ ਗੱਲ ਕਰੀਏ ਵਾ ترقی ਦੀ ਗੱਲ ਕਰੀਏ ਕਿਸਾਨਾਂ ਦੀ ਸੱਚਮੁੱਚ ਅਸੀਂ ਆ ਆਬਦ ਉਦਾਨ ਦੀ ਗੱਲ ਕਰੀਏ ਤਾਂ ਕਿ ਉਹਨਾਂ ਨੂੰ ਔਕੇ ਵਕਤ ਵਿੱਚ ਕੜਾਈਏ ਸਰ ਇਸ ਵੇਲੇ ਕਿਸਾਨਾਂ ਨੇ ਸਾਫ ਇਨਕਾਰ ਕਰ ਦਿੱਤਾ ਹੈ ਕਿ ਸਰਕਾਰ ਦੇ ਨਾਲ ਗੱਲਬਾਤ ਜੇ ਸਰਕਾਰ ਕਾਨੂੰਨ ਰੱਦ ਕਰਨ ਨੂੰ ਮੰਨਦੀ ਹੈ ਫਿਰ ਅਸੀਂ ਗੱਲਬਾਤ ਕਰਾਂਗੇ ਗੱਲਬਾਤ ਨੂੰ ਲੈ ਕੇ ਸਰਕਾਰ ਦਾ ਕੀ ਕੁਝ ਨਜ਼ਰੀਆ ਹੈ ਸਰਕਾਰ ਕੀ ਸੋਚ ਰਹੀ ਹੈ ਤੇ ਕੀ ਤੁਸੀਂ ਕੋਈ ਸੰਪਰਕ ਕਰਨ ਦੀ ਕਿਸਾਨਾਂ ਨੂੰ ਦੁਆਰੇ ਕੋਸ਼ਿਸ਼ ਕੀਤੀ ਹੈ ਕੋਈ ਮੀਟਿੰਗ ਹੋ ਸਕਦੀ ਹੈ ਹੁੰਦੇ ਦਿਨਾਂ ਚ ਸਰ ਬਹੁਤ ਜਲਦੀ ਮੀਟਿੰਗ ਹੋਣੀ ਚਾਹੀਦੀ ਹੈ ਅਸੀਂ ਕੋਸ਼ਿਸ਼ ਵੀ ਕਰ ਰਹੇ ਹਾਂ ਔਰ ਜੋ ਕੁਝ ਉਹਨਾਂ ਨੂੰ ਦੱਸਿਆ ਹੈ ਉਹਨਾਂ ਦੀਆਂ ਮੰਗਾਂ ਅਸੀਂ ਸਾਰੀਆਂ ਮੰਨ ਲਈਆਂ ਸੀ ਫਿਰ ਵੀ ਕਿਸੇ ਲੈਵਲ ਤੇ ਗੱਲ ਕਰਨੀ ਚਾਹੁੰਦੇ ਹਾਂ ਅਸੀਂ ਗੱਲ ਕਰਨ ਨੂੰ ਸਰਕਾਰ ਤਿਆਰ ਹੈ ਕੇਤੀਬਾੜੀ ਮੰਤਰੀ ਨਾਲ ਕੱਲ ਵੀ ਮਿਲਿਆ ਸੀ ਦੋ ਵਾਰੀ ਮਿਲਿਆ ਉਹਨਾਂ ਨੇ ਕਿਹਾ ਇਸ ਗੱਲਬਾਤ ਕਰਨ ਲਈ ਤਿਆਰ ਆਂ ਔਰ ਜਲਦੀ ਗੱਲਬਾਤ ਸ਼ੁਰੂ ਹੋਵੇ ਕਿਸਾਨ ਲੀਡਰਸ ਨੂੰ ਵੀ ਮੇਰੀ ਅਪੀਲ ਹੈ ਉਹ ਵੀ ਬੜੀ ਮਿਹਨਤ ਕਰ ਰਹੇ ਨੇ ਰੜਕੇ ਕੋਈ ਹੱਲ ਕੱਢ ਸਕੀਏ ਤਾਂ ਕਿ ਪੰਜਾਬ ਦਾ ਮਾਹੌਲ ਨਾ ਖਰਾਬ ਹੋਵੇ ਠੰਡ ਚ ਲੋਕੀ ਬਰਾਨਾ ਉਹ ਇਸ ਸਥਿਤੀ ਦੁਆਰੇ ਤੁਹਾਡੇ ਕੋਲ ਸਪਸ਼ਟ ਕਰਵਾਉਣੀ ਚਾਹੂੰਗਾ ਕਿ ਕੀ ਜੋ ਕਿਸਾਨਾਂ ਦਾ ਸਟੈਂਡ ਹੈ ਤੇ ਸਰਕਾਰ ਦਾ ਸਟੈਂਡ ਹੈ ਕਿ ਅਸੀਂ ਸੌਦਾ ਕਰਨ ਨੂੰ ਤਿਆਰ ਆ ਪਰ ਅਸੀਂ ਕਾਨੂੰਨ ਵਾਪਸ ਨਹੀਂ ਲਾਵਾਂਗੇ ਕੀ ਸਰਕਾਰ ਅੱਜ ਵੀ ਆਪਣੇ ਉਸ ਸਟੈਂਡ ਤੇ ਖਾਇਮਾ ਕਿ ਕਾਨੂੰਨ ਵਾਪਸ ਨਹੀਂ ਹੋਣਗੇ ਦੇਖੋ ਅਸੀਂ ਕਾਫੀ ਕੁਝ ਜੋ ਸਾਰੀਆਂ ਮੰਗਾਂ ਉਹਨਾਂ ਦੀਆਂ ਮੰਨ ਲਈਆਂ ਉਹ ਤੋਂ ਬਿਨਾ ਕੋਈ ਹੋਰ ਗੱਲ ਡਿਸਕਸ ਕਰਨ ਦੀ ਚਾਹੁੰਦਾ ਡਿਸਕਸ਼ਨ ਸੀ ਆਲਟੀਮੇਟਲੀ ਤਾਂ ਗੱਲ ਦਾ ਨਤੀਜਾ ਗੱਲਬਾਤ ਨਾਲ ਹੀ ਹੱਲ ਹੋਣਾ ਦੇ ਜਿਗਰਕਾਰ ਬੈਠੇ ਨਹੀਂ ਅਸੀਂ ਆ ਨਹੀਂ ਕਰਨਾ ਸ਼ਰਤ ਲਾ ਕੇ ਗੱਲ ਕਰਨੀ ਇਦਾਂ ਨਹੀਂ ਹੁੰਦਾ ਗੱਲਬਾਤ ਕਰਨੀ ਪਵੇਗੀ ਡਿਸਕਸ ਕਰਨਾ ਪਵੇਗਾ ਸਰਕਾਰ ਵਿਚਾਰੇਗੀ ਉਹਦਾ ਕੋਈ ਹੱਲ ਲਿੱਕੇ ਕੱਢਿਆ ਜਾਏਗਾ ਜੀ ਇੱਕ ਸਰਕਾਰ ਵੱਡਾ ਸਵਾਲ ਕਿਸਾਨ ਜਥੇਬੰਦੀਆਂ ਵੀ ਚੱਕ ਰਹੀਆਂ ਨੇ ਕਿ ਵਾਰ-ਵਾਰ ਉਹਨਾਂ ਦੇ ਅੰਦੋਲਨ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਪਿਊਸ਼ ਗੋਇਲ ਜੀ ਦਾ ਵੀ ਬਿਆਨ ਆਇਆ ਕਿ ਉਹਨਾਂ ਕਹਿੰਦੇ ਵਾਮਪੰਥੀ ਜਿਹੜੇ ਨੇ ਉਹ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਈ ਤਰ੍ਹਾਂ ਦੇ ਸ਼ਰਾਰਤੀ ਅੰਸਰ ਨੇ ਜੋ ਕਿਸਾਨ ਅੰਦੋਲਨ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਕੀ ਕੁਝ ਇਸ ਤਰੀਕੇ ਦਾ ਹੋ ਰਿਹਾ ਉਹ ਜਨਰਲੀ ਕਿਸਾਨਾਂ ਦੀ ਰਿਪਰੈਜ਼ੈਂਟੇਸ਼ਨ ਕਰ ਰਹੇ ਨੇ ਪਰ ਇਹ ਲੰਬੀ ਅਜੂਰੇਸ਼ਨ ਦੇ ਵਿੱਚ ਜਿਹੜੀ ਬਹੁਤ ਵੱਡੀ ਅਜੂਰੇਸ਼ਨ ਹੋਵੇ ਗਲਤ ਆਨਸਰ ਦਾ ਐਂਟਰ ਕਰਨ ਦੀ ਸੰਭਾਵਨਾ ਹੁੰਦੀ ਹੈ ਜੀ ਇਹ ਤਾਂ ਕਿਸਾਨ ਲੀਡਰ ਵੀ ਕਹਿੰਦੇ ਸੀ ਸਾਡੀ ਮੀਟਿੰਗ ਵਿੱਚ ਬਈ ਕਈ ਵਾਰ ਇਹ ਸਥਿਤੀ ਹੋ ਸਕਦੀ ਹੈ ਸਾਡੇ ਵਾਸਤੂ ਨਹੀਂ ਰਹਿਣੀ ਕੋਈ ਗੱਲ ਸਾਡੇ ਅਵਾਸ ਤੋਂ ਬਾਹਰ ਨਿਕਲ ਜਾਣੀ ਗੱਲ ਸਾਨੂੰ ਇਹ ਲੋਕਾਂ ਨੇ ਪ੍ਰੈਸ਼ਰ ਸਾਡੇ ਤੇ ਇੰਨਾ ਪਾਜਣਾ ਕੁਝ ਲੋਕ ਐਂਟਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਜੋ ਕਿਸਾਨ ਵੀ ਕਹਿੰਦੇ ਨੇ ਸਰਕਾਰ ਵੀ ਇਹੀ ਮਹਿਸੂਸ ਕਰਦੀ ਹੈ। ਔਰ ਪਿੱਛੇ ਕੱਲ ਇੱਕ ਕਿਸਾਨ ਲੀਡਰ ਦੀ ਮੀਟਿੰਗ ਇੰਟਰਵਿਊ ਸੁਣ ਰਿਹਾ ਸੀ ਕਿ ਗਲਤ ਕੋਈ ਲੋਕੀ ਆ ਗਏ ਸੀ ਅਸੀਂ ਉਹਨਾਂ ਨੂੰ ਵਾਪਸ ਭੇਜਿਆ। ਇਸ ਤਰ੍ਹਾਂ ਦੀ ਕੱਲ ਤਾਂ ਅਨਸਰ ਆਣ ਦੀ ਸੰਭਾਵਨਾ ਹੈ ਜਿਹੜੇ ਲੋਕੀ ਇਸ ਸਿਚੁਏਸ਼ਨ ਦਾ ਫਾਇਦਾ ਲੈ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ। ਕੋਈ ਇਨਸੀਡੈਂਟ ਮਾੜਾ ਹੋ ਜਾਏ ਉਹਦਾ ਐਕਸ਼ਨ ਰੀਐਕਸ਼ਨ ਹੋ ਜਾਣਾ ਇਹ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ। ਕਿਸਾਨ ਲੀਡਰ ਵੀ ਇਹੀ ਸਮਝਦੇ ਨੇ ਅਸੀਂ ਵੀ ਇਹੀ ਮਹਿਸੂਸ ਕਰਦੇ ਹਾਂ। ਇੱਕ ਅੱਜ ਕਿਸਾਨਾਂ ਨੇ ਇੱਕ ਦਿਨ ਦੀ ਭੁੱਖ ਹੜਤਾਲ ਕੀਤੀ ਹੈ। ਉਹਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਦੂਜਾ ਵਿਰੋਧੀ ਧਿਰਾਂ ਦੇ ਕਈ ਆਗੂ ਨੇ ਕਾਂਗਰਸ ਵਾਲੇ ਵੀ ਜੰਤਰ ਮੰਤਰ ਤੇ ਉੱਥੇ ਬੈਠੇ ਹੋਏ ਨੇ ਐਮਪੀ ਤੇ ਇੱਕ ਵਿਧਾਇਕ ਨੇ ਉਹਨਾਂ ਨੇ ਭੁਖੜ ਹੜਤਾਲ ਕੀਤੀ ਹੈ ਅਰਵਿੰਦ ਕੇਜਰੀਵਾਲ ਵੀ ਭੁਖੜ ਹੜਤਾਲ ਕਰਨੇ ਹੱਬ ਵਾਲੇ ਬੈਠੇ ਨੇ ਉਹ ਕਹਿ ਰਹੇ ਕਿ ਸਰਕਾਰ ਜਿਹੜੀ ਹੈ ਕਿਸਾਨਾਂ ਦੀ ਸੁਣਵਾਈ ਜਿਹੜੀ ਹੈ ਨਹੀਂ ਕਰ ਰਹੀ ਹੈ ਕਿਸਾਨ ਉੱਥੇ ਠੰਡ ਦੇ ਵਿੱਚ ਤੜਪ ਰਹੇ ਨੇ ਸਰਕਾਰ ਨੂੰ ਉਹਨਾਂ ਕੋਲ ਜਾ ਕੇ ਗੱਲ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਜਾਣ ਕੇਂਦਰੀ ਗ੍ਰਹਿ ਮੰਤਰੀ ਜਾਣ ਤੇ ਇਹਨਾਂ ਨੂੰ ਪਰੂਸਾ ਦੇਣ ਤਾਂ ਜੋ ਉਹ ਵਾਪਸ ਮੁੜ ਜਾਣ ਦੇਖੋ ਕਾਂਗਰਸ ਦਾ ਇੱਥੇ ਐਜੀਟੇਸ਼ਨ ਕਰਨਾ ਬੇਤੁਕਾ ਹੈ ਮੇਨਾ ਕਿਸੇ ਮਕਸਦ ਮਾਤਰਾ ਉਤੋ ਹੈ ਜਦੋਂ ਉਹਨਾਂ ਦੇ ਚੋਣ ਮੈਨੀਫੈਸਟੋ 'ਚ ਇਹ ਲਿਖਿਆ ਹੋਇਆ 2019 ਦੇ ਵਿੱਚ ਵੀ ਅਸੀਂ ਖੇਤੀਬਾੜੀ ਦੇ ਕਾਨੂੰਨ ਬਦਲਾਵ ਲਿਆਵਾਂਗੇ ਜਿਹੜੇ ਅਸੀਂ ਲੈ ਕੇ ਆਂਦੇ ਆ ਉਹਨਾਂ ਦਾ ਚੋਣ ਮੈਨੀਫੈਸਟੋ ਵੀ ਇਹ ਹੈ ਜੇ ਉਹ ਜਿਆਦਾ ਕਹਿਣ ਵੀ ਸਾਰਾ ਚੋਣ ਮੈਨੀਫੈਸਟੋ ਗਲਤ ਸੀ ਰਾਹੁਲ ਗਾਂਧੀ ਦੇ ਮੰਨਣ ਵੇ ਸਾਰਾ ਚੋਣ ਮੈਨੀਫੈਸਟੋ ਗਲਤ ਸੀ ਆਪਣੇ ਚੋਣ ਮੈਨੀਫੈਸਟੋ ਦੀ ਗੱਲ ਜੇ ਅਸੀਂ ਕਰਦੇ ਤੀ ਤਾਂ ਹੁਣ ਉਹ ਕੇ ਤੇ ਵਿਰੋਧ ਕਰਨ ਲੱਗ ਗਏ ਕੋਈ ਨੈਤਿਕ ਤੌਰ ਤੇ ਉਹਨਾਂ ਦਾ ਕੋਈ ਇਹਦਾ ਹੱਕ ਨਹੀਂ ਬਣਦਾ ਜਾ ਆਪਣੀ ਗਲਤੀ ਮੰਨਣ ਵੀ ਆਪ ਸਾਡਾ ਜਿਹੜਾ ਚੋਣ ਮੈਨੂੰ ਸੋ ਗਲਤੀ ਸੀ ਇਹ ਤਾਂ ਸਿਰਫ ਸਿਆਸਤ ਦੀ ਖਾਤਰ ਸਿਆਸਤ ਹੈ ਸਿਆਸਤੀ ਸਿਆਸਤਕ ਇੱਕ ਸਮੇਂ ਵੱਡਾ ਸਵਾਲ ਇੱਕ ਕਿਸਾਨ ਜਿੱਥੇ ਬੰਦੀਆਂ ਨਾਲ ਜਦੋਂ ਗੱਲਬਾਤ ਹੋ ਰਹੀ ਸੀ ਕਿਸਾਨਾਂ ਨੂੰ ਬਹੁਤ ਸਾਰੀਆਂ ਧਾਰਨਾਵਾਂ ਪੇਸ਼ ਕਰਦੇ ਨੇ ਕਿ ਮੰਡੀ ਸਿਸਟਮ ਨੂੰ ਜਦੋਂ ਖਤਮ ਕਰਨ ਦੀ ਗੱਲ ਹੁੰਦੀ ਹੈ ਤਾਂ ਬਿਹਾਰ ਦੀ ਉਦਾਹਰਣ बार-बार ਪੇਸ਼ ਹੁੰਦੀ ਹੈ ਕਿ 2006 ਚ ਮੰਡੀ ਸਿਸਟਮ ਖਤਮ ਹੋ ਗਿਆ ਦੀ ਇਹ ਗੱਲ ਸਾਰੇ ਮੰਨ ਲਈ ਮੰਡੀ ਸਿਸਟਮ ਨੂੰ ਕਹਿੰਦੇ ਸੀ ਮੰਡੀ ਬਰਾਬਰ ਕਰ ਦਿਓ ਅਸਕੇ ਮੰਡੀ ਦੇ ਰਜਿਸਟ੍ਰੇਸ਼ਨ ਲਾਜ਼ਮੀ ਕਰਤ ਨਹੀਂ ਆਂ ਕਿ ਅੰਦਰ ਤੇ ਬਾਹਰ ਨਹੀਂ ਟੈਕਸ ਲੱਗਦਾ ਉੱਥੇ ਵੀ ਟੈਕਸ ਨੂੰ ਤੇ ਬਰਾਬਰ ਕਰ ਦਿੰਦੇ ਆ ਇਹ ਤਾਂ ਗੱਲ ਹੀ ਖਤਮ ਹੋ ਗਈ ਜੋ ਮੰਡੀ ਅੰਦਰ ਦੀ ਜੋ ਹੀ ਬਾਹਰ ਦੀ ਮੰਡੀ ਦੀ ਸਿਤੀ ਰਜਿਸਟ੍ਰੇਸ਼ਨ ਲਾਜ਼ ਸੋ ਇਸ ਕਰਕੇ ਬਾਹਰੋਂ ਕੋ ਪਰਚੇਸ ਕਰਨੇ ਦਾ ਪੈਨ ਕਾਰਡ ਕਹਿੰਦੇ ਨਾਲ ਨਹੀਂ ਕਰਨਾ ਇਸਕੇ ਉਹਨੂੰ ਲਾਇਸੈਂਸ ਦੇਣਾ ਲਾਜ਼ਮੀ ਕਰਦਾ ਕਿ ਸਟੇਟਸ ਗਵਰਨਮੈਂਟ ਨੂੰ ਅਧਿਕਾਰ ਦੇ ਦਿੰਦਾ ਕਿ ਜੋ ਵੀ ਰੂਲਸ ਬਣਾਉਣ ਉਹਦੇ ਤੱਕ ਕੋਈ ਸਾਰਾ ਜਿਹੜੇ ਉਹਦੇ ਤੋਖਲੇ ਸੀ ਅਸੀਂ ਦੂਰ ਕੀਤੇ ਜੀ ਉਹ ਤੋਂ ਬਾਅਦ ਉਹ ਕਹਿੰਦੇ ਸੀ ਕੋਰਟ ਚ ਨਹੀਂ ਜਾ ਸਕਦੇ ਸੀ ਕੋਰਟ ਦਾ ਸਿਸਟਮ ਤੁਹਾਨੂੰ ਚੰਗਾ ਲੱਗਦਾ ਉਹ ਕਰ ਦਿੰਨੇ ਆ ਫਿਲਹਾਲ ਤੁਹਾਨੂੰ ਗੱਲਬਾਤ ਕਿੱਥੇ ਅੜਦੀ ਹੋਈ ਨਜ਼ਰ ਆ ਰਹੀ ਹੈ ਕਿ ਕਿਉਂ ਕਿਸਾਨ ਜਿੱਥੇ ਬੰਦੀਆਂ ਜੜੀਆਂ ਨੇ ਜੇਕਰ ਤੁਸੀਂ ਜਿਵੇਂ ਤੁਹਾਡੇ ਕਹਿਣ ਮੁਤਾਬਕ ਕਿ ਤੁਸੀਂ ਸਾਰੀਆਂ ਮੰਗਾਂ ਮੰਨ ਲੀਆਂ ਨੇ ਗੱਲਬਾਤ ਕਿੱਥੇ ਅੜੀ ਹੋਈ ਹੈ ਕਿਉਂ ਜਿਹੜਾ ਹੈ ਇਹ ਮਸਲਾ ਹੱਲ ਨਹੀਂ ਹੋ ਪਾਰਿਆ ਕੋ ਗੱਲਬਾਤ ਸਰਕਾਰ ਤਾਂ ਹਮੇਸ਼ਾ ਕਰਨੀ ਚਾਹੁੰਦੀ ਹੈ ਕਿਸਾਨ ਯੂਨੀਅਨ ਨੇ ਕਿਹਾ ਅਸੀਂ ਗੱਲਬਾਤ ਨਹੀਂ ਕਰਨੀ ਉਹਨਾਂ ਨੂੰ ਬੁਲਾਇਆ ਸੀ ਗੱਲਬਾਤ ਲਈ ਉਹਨਾਂ ਨੇ ਕਿਹਾ ਅਸੀਂ ਨਹੀਂ ਜਾਣਾ ਹੈ ਹੁਣ ਵੀ ਸਾਡੇ ਸਰਕਾਰ ਵੱਲੋਂ ਕੋਈ ਜਿੱਦ ਨਹੀਂ ਹੈ ਆਪਣੇ ਕਿਸਾਨ ਨੇ ਆਪਣੇ ਭੈਣ ਭਰਾਵਾਂ ਉੱਤੇ ਬੈਠੇ ਨੇ ਆਪਣੇ ਬੱਚੇ ਉੱਤੇ ਬੈਠੇ ਨੇ ਉਹਨਾਂ ਨਾਲ ਸਾਨੂੰ ਗੱਲਬਾਤ ਕਰਨ ਲਈ ਤੇ ਬਰਾਸੀਂ ਸਾਡੀ ਕੋਸ਼ਿਸ਼ ਹੈ ਅਸੀਂ ਜਲਦੀ ਉਧਰ ਦੀ ਗੱਲਬਾਤ ਸ਼ੁਰੂ ਹੋਵੇ ਔਰ ਸਾਡੀ ਇਹੋ ਜਿਤਨੀ ਉਹ ਸਾਨੂੰ ਕਹਿਣ ਅਸੀਂ ਤਾਅਬ ਲਿਖ ਕੇ ਦੇਣ ਨੂੰ ਤਿਆਰ ਹੈ ਇਨਵਾਈਟ ਕਰਨ ਨੂੰ ਤਿਆਰ ਹੈ ਤੁਹਾਡੇ ਰਾਹੀਂ ਵੀ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆਂ ਕੋਈ ਗੱਲਬਾਤ ਲਿਆਣ ਕੱਲ ਆਣ ਤਾਂ ਕੱਲ ਕੱਲ ਕਰਾਂਗੇ ਤੁਸੀਂ ਭੇਜ ਰਹੇ ਹੋ ਕੋਈ ਸੱਦਾ ਭੇਜ ਰਹੇ ਹੋ ਲਿਖਤੀ ਤੌਰ ਤੇ ਕਿਉਂਕਿ ਉਹ ਵੀ ਉਡੀਕ ਰਹੇ ਨੇ ਕਿ ਇਹ ਗੱਲਾਂ ਨੇ ਕਿ ਕਿਸਾਨ ਉਡੀਕ ਰਹੇ ਨੇ ਕਿ ਕੇਂਦਰ ਸਰਕਾਰ ਬੁਲਾਏਗੀ ਉਹ ਮੀਟਿੰਗ ਤੋਂ ਇਹ ਗੱਲਬਾਤ ਉਹ ਵੀ ਨਹੀਂ ਇਨਕਾਰ ਕਰ ਰਹੇ ਸਾਨੂੰ ਬੁਲਾਉਣ ਚ ਕੋਈ ਪ੍ਰੋਬਲਮ ਨਹੀਂ ਹੈ ਕੋਈ ਸਮੱਸਿਆ ਨਹੀਂ ਹੈ ਥੋੜਾ ਮਾਹੌਲ ਬਣਾਉਣ ਤਾਂ ਸਹੀ ਗੱਲਬਾਤ ਕਰ ਪਹਿਲਾਂ ਵੀ ਗੱਲ ਹੋਤ ਉਹਨਾਂ ਨੇ ਥੋੜੀ ਸੀ ਅਸੀਂ ਤੇ ਚਰੋ ਗੱਲਬਾਤ ਕਰਤਾ ਕਿਤੀ ਵੱਡੀ ਮੰਤਰੀ ਜੀ ਨੂੰ ਕੱਲ ਵੀ ਗਿਆ ਸੀ ਮੈਂ ਤਾਂ ਹੁਣੇ ਬੁਲਾਉਣ ਨੂੰ ਤਿਆਰ ਸੋ lettes see ਕਦੋਂ ਮੈਚੁਰ ਹੁੰਦੀ ਗੱਲਬਾਤ ਜਲਦੀ ਬੁਲਾ ਕੇ ਇਸ ਗੱਲ ਨੂੰ ਨਿਪਟਾਰਾ ਕਰਨੀ ਥੋੜੀ ਗ੍ਰਹਿ ਮੰਤਰੀ ਜੀ ਨਾਲ ਜੋ ਗੱਲਬਾਤ ਹੋਈ ਹੈ ਤੋ ਥੋੜੀ ਉੱਤੇ ਬਾਰੇ ਦੱਸੋ ਕਿ ਉਹਨਾਂ ਨੇ ਕੀ ਕੁਝ ਕਿਹਾ ਕੀ ਕੁਝ ਕਿਹੜੀਆਂ ਚੀਜ਼ਾਂ ਤੇ ਗੱਲਬਾਤ ਕਰੀਆਂ ਤੇ ਹੋਈ ਹੈ ਕਿ ਕੀ ਕੁਝ ਕਰਨਾ ਚਾਹੀਦਾ ਇਹਦੇ ਵਿੱਚ ਗ੍ਰਹਿ ਮੰਤਰੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਸਾਹਿਬ ਆਏ ਸੀਗੇ ਅਸ਼wini Sharma ਜੀ ਤੇ ਹੋਰ ਸਾਰੇ ਲੀਡਰਸ ਆਏ ਸੀ ਇਸ ਕਰਕੇ ਇੱਕ ਉਪਚਾਰਕ ਤੌਰ ਤੇ ਉਹਨਾਂ ਨੂੰ ਮਿਲਣ ਗਏ ਸੀ ਉਹਨਾਂ ਨਾਲ ਪੰਜਾਬ ਦੀ ਗੱਲਵਾਤ ਇਸ ਸਿਚੁਏਸ਼ਨ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ ਪਾਰਟੀ ਦੀ ਸਾਰੀਆਂ ਗਤੀਵਿਧੀਆਂ ਬਾਰੇ ਬਚਤ ਸਾਰਾ ਡਿਸਕਸ ਹੋਇਆ ਔਰ ਸਾਰਿਆਂ ਨੇ ਚਿੰਤਾ ਹੀ ਪ੍ਰਗਟ ਕੀਤੀ ਹੈ ਕਿ ਕਿਸੇ ਨਾ ਕਿਸ ਤਰ੍ਹਾਂ ਇਸ ਐਜੀਟੇਸ਼ਨ ਨੂੰ ਖਤਮ ਕੀਤਾ ਜਾਵੇ ਔਰ ਕਿਸਾਨ ਜਿਹੜਾ ਦੇਸ਼ ਦੇ ਆਂਦਾਤਾ ਨੇ ਉਹ ਆਪਣੇ ਘਰਾਂ ਨੂੰ ਵਾਪਸ ਜਾਣ ਸਰ ਹੁਣ ਤੱਕ ਦਾ ਜੋ ਹੁਣ ਤੱਕ ਦਾ ਜੋ ਕਿਸਾਨ ਅੰਦੋਲਨ ਰਿਹਾ ਹੈ ਉਹਨੂੰ ਤੁਸੀਂ ਕਿਸ ਤਰੀਕੇ ਦੇਖਦੇ ਹੋ ਕਿ ਕਿਸਾਨਾਂ ਦੇ ਵੱਲੋਂ ਜੋ ਜਸਤਬੰਦੀਆਂ ਨੇ ਜਾਂ ਕਿਸਾਨਾਂ ਆਗੂ ਨੇ ਉਹਨਾਂ ਨੇ ਕਿਸ ਤਰੀਕੇ ਨਾਲ ਉਹਨੂੰ ਮੈਨੇਜ ਕੀਤਾ ਹੈ ਉਹਦੇ ਬਾਰੇ ਤੁਸੀਂ ਕੀ ਕਹੋ? ਦੇਖੋ ਮੈਂ ਇਸ ਕਿਸਾਨ ਯੂਨੀਅਨ ਦੀ ਇਸ ਕਰੇ ਤਾਰੀਫ ਕਰਾਂਗਾ। ਧੰਨਵਾਦ ਵੀ ਕਰਾਂਗਾ। ਉਹਨਾਂ ਨੇ ਐਜੀਟੇਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲਿਆ ਔਰ ਕੋਈ ਇਹਦੇ ਵਿੱਚ ਵਾਇਲੈਂਸ ਨਹੀਂ ਹੋਈ। ਬੁਰਾਵਨ ਹੈ। ਡਿਸਿਪਲਿੰਡ ਹੈ। ਇਹ ਤਾਂ ਮੈਂ ਇਸ ਤਰੀਫ ਕਰਾਂਗਾ ਉਹਨਾਂ ਦੀ ਪਰ ਇਹਦੇ ਨਾਲ ਮੈਂ ਅਪੀਲ ਵੀ ਇਹ ਹੀ ਕਰਾਂਗਾ ਜਿਸ ਢੰਗ ਨਾਲ ਵਧੀਆ ਢੰਗ ਨਾਲ ਐਜੀਟੇਸ਼ਨ ਚਲਾਈ ਹੈ ਐਜੀਟੇਸ਼ਨ ਦਾ ਹੱਕ ਹੈ। ਕਿਸਾਨ ਦਾ ਹੱਕ ਹੈ ਹਰ ਡੈਮੋਕ੍ਰੇਸੀ ਵਿੱਚ ਹੱਕ ਹੈ ਉਹਨਾਂ ਦਾ ਪਰ ਸਾਨੂੰ ਮੈਂ ਤਾਂ ਹੀ ਬੇਨਤੀ ਕਰਾਂਗਾ ਕਿ ਆ ਸਾਨੂੰ ਹੁਣ ਬਹੁਤ ਕੁਝ ਹੋ ਗਿਆ ਇਹ ਤਾਂ ਬੱਚੇ ਹਟਣਾ ਚਾਹੀਏ ਇੱਕ ਇੱਕ ਹੋਰ ਮੈਂ ਆਖਰੀ ਸਵਾਲ ਤੁਹਾਡੇ ਕੋਲ ਪੁੱਛਣਾ ਚਾਹੂੰਗਾ ਕਿੰਨੀ ਕਿ ਸੰਭਾਵਨਾ ਹੈ ਕਿ ਜੋ ਕਿਸਾਨ ਜਿਸ ਗੱਲ ਦੇ ਉੱਤੇ ਅੜੇ ਹੋਏ ਨੇ ਕਿ ਕਾਨੂੰਨ ਰੱਦ ਹੋਣ ਕਿੰਨੀ ਸੰਭਾਵਨਾ ਹੈ ਕਿ ਇਹ ਚੀਜ਼ ਹੋ ਸਕਦੀ ਹੈ ਤੁਸੀਂ ਸਰਕਾਰ ਵੱਲੋਂ ਸਪਸ਼ਟ ਕਰਨਾ ਚਾਹੋਗੇ ਕਿ ਜਿੱਥੇ ਸਰਕਾਰ ਨੇ ਸਟੈਂਡ ਲਿਆ ਹੋਇਆ ਅਸੀਂ ਇਹ ਕਾਨੂੰਨ ਰੱਦ ਨਹੀਂ ਹੋਣਗੇ ਜੋ ਮੰਗਾ ਨੇ ਉਹ ਮੰਨਣ ਲਈ ਤੁਸੀਂ ਤਿਆਰ ਹੈ ਜੋ ਦੀਆਂ ਮੰਗਾ ਉਹਨਾਂ ਨੇ ਮੰਗੀਆਂ ਸੀ ਉਹ ਸਾਰੀਆਂ ਮੰਨ ਲਈਆਂ ਇਹ ਤੋਂ ਬਾਅਦ ਵੀ ਡਿਸਕਸ ਕਰਕੇ ਜੋ ਵੀ ਗੱਲ ਹੈ ਡਿਸਕਸ਼ਨ ਤੋਂ ਬਾਅਦ ਹੀ ਕੋ ਦੱਸਿਆ ਜਾ ਸਕਦਾ ਹੈ ਡਿਸਕਸ ਕਰਾਂਗੇ ਬੈਠ ਕੇ ਵਿਚਾਰ ਕਰਾਂਗੇ ਉਹਦਾ ਹੱਲ ਨਿਕਲੇਗਾ ਇੱਕ ਮੈਂ ਹੋਰ ਆਖੀ ਸਵਾਲ ਪੁੱਛਣਾ ਚਾਹੁੰਗਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਖੇਤੀਬਾੜੀ ਜ਼ੂਬੇ ਦਾ ਅਧਿਕਾਰ ਸੀ ਇਸ ਕਾਨੂੰਨ ਦੇ ذریعے ਉਸ ਅਧਿਕਾਰ ਖੇਤਰ ਚ ਕੇਂਦਰ ਨੇ ਦਖਲ ਦਿੱਤੀ ਹੈ ਕਿਸਾਨ ਆਗੂ ਨੇ ਸਟੇਜ ਤੋਂ ਕਿਹਾ ਕਿ ਜਿਸੀ ਇਹ ਕਾਨੂੰਨ ਮੰਨ ਲਿਆ ਤਾਂ ਸਰਕਾਰ ਭਵਿੱਖ ਦੇ ਵਿੱਚ ਹੋਰ ਅਜਿਹੇ ਕਾਨੂੰਨ ਬਣਾਏਗੀ ਤੇ ਹੌਲੀ-ਹੌਲੀ ਜਿਹੜੇ ਸੂਬਿਆਂ ਦੇ ਅਧਿਕਾਰ ਨੇ ਉਹ ਖਤਮ ਹੋ ਜਾਣਗੇ ਦੇਖੋ ਜੀ ਸਾਰੇ ਸੰਵਿਧਾਨ ਦੇ ਨਾਲ ਚੱਲਦੇ ਆ ਸੰਵਿਧਾਨ ਚ ਸਪਸ਼ਟ ਤੌਰ ਤੇ ਲਿਖਿਆ ਹੈ ਸਟੇਟ ਕਿਤੇ ਐਕਟ ਕਰਾਈਗੀ ਸੈਂਟਰ ਦਾ ਕੀ ਅਧਿਕਾਰ ਹੈ ਕਨਕਰੈਂਟ ਲਿਸਟ ਵੀ ਉਸ ਦਿਸਤੀ ਹੋਈ ਹੈ ਇਹਦੇ ਵਿੱਚ ਐਜੂਰੇਸ਼ਨ ਕਰਨ ਦੀ ਲੋੜ ਹੀ ਨਹੀਂ ਜਿਵੇਂ ਲੱਗਦਾ ਵੇ ਗੈਰ ਕਲੋਨੀਆ ਦਾ ਸੁਪਰੀਮ ਕੋਰਟ ਜਾਂ ਹਾਈ ਕੋਰਟ ਜਾਂ ਸੁਪਰੀਮ ਕੋਰਟ ਤੇ ਜਾ ਕੇ ਫੈਸਲਾ ਹੋ ਜਾਏਗਾ ਐਜੂਰੇਸ਼ਨ ਕਰਨ ਦੀ ਲੋੜ ਹੀ ਨਹੀਂ ਸੀ ਹੁਣ ਸੁਪਰੀਮ ਕੋਰਟ ਤੇ ਕੋਈ ਲੈ ਕੇ ਗਏ ਨਹੀਂ ਕੇਸ ਇਹਦਾ ਫੈਸਲਾ ਹੋ ਜਾਏਗਾ ਤੇ ਆਖਰੀ ਗੱਲ ਤੁਸੀਂ ਕੀ ਕਹਿਣਾ ਚਾਹੋਗੇ ਕਿਸਾਨ ਜਥੇਬੰਦੀਆਂ ਨੂੰ ਸਾਡੇ ਚੈਨਲ ਦੇ ਥਰੂ ਕਿ ਕੀ ਗੱਲਬਾਤ ਦੇ ਲਈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਸਰਕਾਰ ਦੇ ਵੱਲੋਂ ਕੀ ਉਹਨਾਂ ਨੂੰ ਸੱਦਾ ਹੈ ਕਦੋਂ ਤੱਕ ਤੁਸੀਂ ਸੱਦਾ ਭੇਜ ਸਕਦੇ ਹੋ ਗੱਲਬਾਤ ਲਈ ਕਿ ਅੱਗੇ ਆਓ ਸਾਡੇ ਵੱਲੋਂ ਤਾਂ ਅਪੀਲ ਹੈ ਸਾਰੀ ਕਿਸਾਨ ਯੂਨੀਅਨਸ ਨੂੰ ਕਿਰਪਾ ਕਰਕੇ ਜਿੱਦ ਛੱਡਿਏ ਗੱਲਬਾਤ ਕਰੀਏ ਔਰ ਇਹਦਾ ਕੋਈ ਹੱਲ ਕੱਢੀਏ ਜਿਹੜੀ ਐਜੂਰੇਸ਼ਨ ਹੈ ਜਦੋਂ ਉਹਦੇ ਸਾਰੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਨੇ ਤਾਂ ਫਿਰ ਜਿੱਦ ਨਹੀਂ ਕਰਨੀ ਚਾਹੀਦੀ ਗੱਲਬਾਤ ਕਰਨੀ ਚਾਹੀਦੀ ਆ ਔਰ ਪੰਜਾਬ ਦੀ ਤਰੱਕੀ 'ਚ ਹਿੱਸਾ ਬਣਾਉਣਾ ਚਾਹੀਦਾ ਬਹੁਤ ਬਤਨਵਾਸਾ ਟਨ ਗੱਲਬਾਤ ਕਰਨ ਲਈ ਸੋਹੇਸ਼ਨ ਕੇਂਦਰੀ ਮੰਤਰੀ ਸੁਮਪ੍ਰਕਾਜੀ ਜੀ ਨੇ ਤਾਂ ਕਹਿਣਾ ਹੈ ਕਿ ਸਰਕਾਰ ਗੱਲਬਾਤ ਤੋਂ ਕਦੇ ਪਿੱਛੇ ਨਹੀਂ ਹਟੀ ਹੈ ਸਰਕਾਰ ਇਹ ਚਾਹੁੰਦੀ ਹੈ ਕਿ ਕਿਸਾਨ ਜਿੱਥੇ ਬੰਦੀਆਂ ਅੱਗੇ ਹੋਣ ਤੇ ਸਰਕਾਰ ਗੱਲਬਾਤ ਕਰੇਗੀ ਤੇ ਜੋ ਵੀ ਉਹਨਾਂ ਦੇ ਹੋਰ ਜੋ ਖਾਦਸ਼ੇ ਨੇ ਉਹ ਵੀ ਦੂਰ ਕੀਤੇ ਜਾਣਗੇ ਤੇ ਇਸ ਨਾਲ ਹੀ ਅੱਜ ਤੇ ਟੂ ਦਾ ਪੁਆਇੰਟ ਦੇ ਵਿੱਚ ਐਨਾਂ ਹੀ ਧੰਨਵਾਦ